ਸਾਡੇ ਬਾਈ ਕਹਿ ਦਿੰਦੇ ਆ, ਬਾਈ ਬਾਈ ਬਾਈ। ਖਿੜੀ ਧੁੱਪ ਦੇ ਵਿੱਚ ਪਿੰਡ ਫਤੋਕਸਰ ਦੀ ਸਵੇਰ ਰਾਤ ਆਪਣਾ ਟਿਕਾਣਾ ਇਹ ਪਿੰਡ ਦੇ ਵਿੱਚ ਸੀ, ਅਤੇ ਇੱਕ ਨਿੱਕਾ ਜਿਹਾ ਗੋਂਬੋ ਰੰਜਨ ਪਹਾੜੇ ਵੀ ਰੱਖੀ ਬੈਠੇ ਆ, ਵੇ ਉੱਤੋਂ ਭੂਰੀ ਬੈਠੇ ਪਾਰੇ ਨੂੰ, ਅਤੇ ਆਹ ਜੌਂ ਬੀਜੇ ਹੋਏ ਨੇ, ਜੌਂਆਂ ਦੀ ਫਸਲ ਹੈ ਸਾਹਮਣੇ, ਉਹ ਪਾਣੀ ਵਗਦਾ, ਪਾਣੀ ਦੇ ਕੰਢੇ ਦੇ ਪਿੰਡ ਵਸੇ ਹੁੰਦੇ ਆ, ਹਰਿਆਲੀ ਦੀਦੀ ਹੈ ਅਤੇ ਬਰਫਾਂ ਵਾਲੇ ਪਹਾੜ ਦਿਸਦੇ ਆ, ਅਤੇ ਹੋਰ ਕੀ ਦਿਸਦਾ, ਹੋਰ ਇੱਥੇ ਦਿਸਦੇ ਨੇ ਆਏ ਆਹ ਵਾਟਰ ਹੀਟਰ, ਉਹਦੇ ਵਿੱਚ ਪਾਣੀ ਪਾ ਦਿੰਦੇ ਨੇ ਅਤੇ ਉਹ ਪਾਣੀ ਇਹਨਾਂ ਪਾਈਪਾਂ ਦੇ ਵਿੱਚ ਘੁੰਮਦਾ, ਜਦੋਂ ਉਹ ਗੇੜੇ ਦਿੰਦਾ, ਆਹ ਕੱਚ ਦੀਆਂ ਨੇ, ਇਹ ਤਪ ਜਾਂਦੀਆਂ ਸੂਰਜ ਦੀ ਰੌਸ਼ਨੀ ਨਾਲ, ਫਿਰ ਪਾਣੀ ਇਹਦੇ ਫਿਰਦਾ ਰਹਿੰਦਾ, ਉੱਧਰੋਂ ਪਾਣੀ ਪਾਉਂਦੇ ਆ ਅਤੇ ਇੱਧਰੋਂ ਪਾਣੀ ਨਿਕਲ ਜਾਂਦਾ, ਜਿਵੇਂ ਆਪਣੇ ਪਾਥੀ ਗੀਜ਼ਰ ਦਾ ਕੰਮ ਹੁੰਦਾ ਵੀ ਇੱਕ ਪਾਸੋਂ ਪਾਣੀ ਪਾਇਆ ਦੂਜੇ ਪਾਸੋਂ ਨਿਕਲ ਗਿਆ, ਉਵੇਂ ਹੁੰਦਾ। ਅਤੇ ਕੀਮਤ ਇਹਦੀ ਹੁੰਦੀ ਹੈ ਜੀ 20,000 ਰੁਪਇਆ ਦੱਸਿਆ ਬਾਈ ਹੋਣਾ ਨੇ, ਜਿੰਨੇ ਵੀ ਮਹਿਮਾਨ ਇਹਨਾਂ ਦੇ ਘਰ ਠਹਿਰਦੇ ਆ ਉਹਨਾਂ ਦਾ ਨਹਾਉਣ ਸੌਣ ਧੋਣ ਦਾ ਇਹਦੇ ਨਾਲ ਸਰ ਜਾਂਦਾ। ਅਤੇ ਆਹ ਬਾਈ ਹੋਣਾ ਦਾ ਘਰ ਸੀਗਾ ਜਿੱਥੇ ਆਪਾਂ ਰਾਤ ਰਹੇ, ਉਹ ਕਮਰੇ ਦੇ ਵਿੱਚ ਰਹੇ ਸੀਗੇ, ਅਤੇ ਉਹ ਵਾਸ਼ਿੰਗ ਮਸ਼ੀਨ ਜੀ ਅਤੇ ਲੀੜੇ ਲੂੜੇ ਧੋਣ ਦਾ ਹੱਲ ਹੋ ਗਿਆ ਸੀਗਾ। ਆਹ ਮਾਤਾ ਹੋਣੀ ਨੇ ਇਹਨਾਂ ਦੇ। ਰਾਤ ਅਸੀਂ ਸਾਰੇ ਲੀੜੇ 10 ਵਜੇ ਤੱਕ ਧੋ ਕੇ ਸੁੱਕਣੇ ਪਾਤੇ ਸੀਗੇ, ਇੱਥੋਂ ਦੀ ਹਵਾ ਵਿੱਚ ਨਮੀ ਬਿਲਕੁਲ ਨਹੀਂ ਹੁੰਦੀ, ਤਾਂ ਕਰਕੇ ਲੀੜਾ ਕਿੰਨਾ ਵੀ ਗਿੱਲਾ ਹੋਵੇ ਰਾਤੋਂ ਰਾਤ ਐਂ ਮਰੁੰਡਾ ਬਣ ਜਾਂਦਾ ਸੁੱਕ ਕੇ, ਨਾਲੇ ਠੰਡ ਹੈ ਪਰ ਇੰਨਾ ਵੀ ਹਵਾ ਬਹੁਤ ਤੇਜ਼ ਵਗਦੀ ਹੁੰਦੀ ਹੈ, ਇੱਥੇ ਹਵਾ 'ਚ ਨਮੀ ਨਾ ਹੋਵੇ ਤਾਂ ਨਮੀ ਉਹ ਲੀੜਿਆਂ ਤੋਂ ਖਿੱਚ ਲੈਂਦੀ ਹੈ, ਇਹ ਫਿਰ ਭਾਈ ਸੈਂਸ ਵਾਲਾ ਮਾਹੌਲ ਬਣ ਜਾਂਦਾ, ਅਤੇ ਇੰਨੇ ਨਾਲ ਚਲੋ ਸੈਂਸੋ ਸੈਂਸੀ ਹੋ ਕੇ ਆਪਣੇ ਲੀੜੇ ਸਮੇਂ ਸਿਰ ਸੁੱਕ ਗਏ ਸਾਰੇ। ਆਪਣੇ ਸਫ਼ਰਾਂ ਨੂੰ ਦੇਖਦੇ ਸਾਰੇ ਭੈਣਾਂ ਭਰਾਵਾਂ ਬਜ਼ੁਰਗਾਂ ਮਾਤਾਵਾਂ ਬੱਚਿਆਂ ਨੂੰ ਸਤਿ ਸ਼੍ਰੀ ਅਕਾਲ। ਆਪਾਂ ਫਕੋਤਸਰ ਪਿੰਡ ਤੋਂ ਅੱਜ ਇੱਕ ਦਰਾ ਲੰਘਾਂਗੇ, ਦਰਾ ਲੰਘਾਂਗੇ, ਉਹਦਾ ਨਾਮ ਆ, ਕੱਲ੍ਹ ਲੰਘੇ ਸਿੰਘੇਲਾ, ਅੱਜ ਲੰਘਾਂਗੇ ਸਿਰਸਰਲਾ, ਉਦੋਂ ਬਾਅਦ ਲਾਮਾਯੂਰੂ ਵਾਲੀ ਮੇਨ ਰੋਡ NH1 'ਤੇ ਨਿਕਲ ਜਾਂਗੇ ਜਿਹੜੀ ਸ਼੍ਰੀਨਗਰ ਤੋਂ ਲੇਹ ਨੂੰ ਜਾਂਦੀ ਆ, ਅਤੇ ਲੇਹ ਇੱਥੋਂ ਲਗਭਗ 170 ਕਿਲੋਮੀਟਰ ਦੂਰ ਆ। ਲੇਹ ਵੱਲ ਪਹੁੰਚਦੇ ਹਾਂ ਆਪਾਂ, ਅਤੇ ਰਾਹ ਦੇ ਨਜ਼ਾਰੇ ਦੇਖਦੇ ਹਾਂ, ਸ਼ਾਨਦਾਰ ਪਹਾੜਾਂ ਨੂੰ ਦੇਖਦੇ ਦੇਖਦੇ ਆਪਾਂ ਗਾਂਹ ਨੂੰ ਵਧਾਂਗੇ। ਸੋ ਬੇਨਤੀ ਆ ਕਿ ਵੀਡੀਓ ਨੂੰ ਲਾਈਕ ਕਰਿਓ ਅਤੇ ਕਮੈਂਟ ਲਾਜ਼ਮੀ ਕਰਿਓ, ਕੋਈ ਨਾ ਕੋਈ ਚੰਗਾ ਮਾੜਾ ਜਿਵੇਂ ਤੁਹਾਨੂੰ ਆਪਣਾ ਇਹ ਸਫ਼ਰਾਂ ਦੇ ਤਜਰਬੇ ਲੱਗਦੇ ਆ। ਕੋਸ਼ਿਸ਼ ਹੁੰਦੀ ਵੀ ਹਰੇਕ ਵਾਰੀ ਸੋਹਣੀ ਤਰੀਕੇ ਨਾਲ ਉਹਨੂੰ ਸ਼ੂਟ ਕੀਤਾ ਜਾਵੇ, ਤਾਂ ਕਰਕੇ ਡਰੋਨ ਡੱਬਾ ਅਤੇ ਇਹੋ ਜਿਹਾ ਸਮਾਨ ਸਾਲਾ ਨਾਲ ਹੈਗਾ, ਅਤੇ ਲਾਈਕ ਲਾਜ਼ਮੀ ਕਰਿਓ, ਕਮੈਂਟ ਕਰਿਓ। ਮਿਲਦੇ ਹਾਂ ਵੀਰਾ ਅੱਜ ਦੇ ਸਫ਼ਰ 'ਚ, ਅੱਜ ਦੀ ਵੀਡੀਓ ਦੇ ਨਾਲ। ਮੂੰਹ ਸਰ ਲਪੇਟੇ ਹੋਏ ਨੇ, ਬੁੱਲ ਭਰਿਆੜ ਹੋ ਚੁੱਕੇ ਆ, ਸਨ ਸਕਰੀਨਾਂ ਫੇਲ ਹੋ ਚੁੱਕੀਆਂ ਨੇ, ਕਿਉਂਕਿ ਖੁਸ਼ਕ ਹਵਾ, ਅਤੇ ਖੁਸ਼ਕ ਹਵਾ ਫਿਰ ਬੰਦੇ ਨੂੰ ਪਾੜ ਦਿੰਦੀ ਹੈ ਬਾਈ। ਹਾਈ ਹਾਈਐਸਟ ਪੁਆਇੰਟ ਉਹ ਤਾਂ ਪਤਾ ਨਹੀਂ 5,000 ਮੀਟਰ ਕੇ ਅਬਵ ਹੋਊਗਾ, ਚੁਰੰਜਾ 5,500 ਐਸਾ ਰਹੇਗਾ। ਓਕੇ ਓਕੇ ਓਕੇ, ਇਸ ਤੋਂ ਉੱਪਰ ਹਾਂ ਸਹੀ ਹੈ। ਕੀ ਬਾਤ ਹੈ, ਇਹ ਜੋ ਆਪਕੇ ਸਾਥ ਜਾ ਰਹੇ ਹੈ ਇਹ ਕਹਾਂ ਸੇ ਹੈ? ਇਹ ਫਰਾਂਸ ਹੈ। ਫਰਾਂਸ ਸੇ ਹੈ, ਕੀ ਬਾਤ ਹੈ ਯਾਰ। ਫਰਾਂਸ ਦੇ ਦੋ ਬੰਦੇ ਆਏ ਹੋਏ ਨੇ ਇੱਥੇ ਤੇ ਟਰੈਕ ਕਰਨ ਲੱਗੇ ਆ, ਉੱਤੇ ਕੌਣ ਸੀ ਲੇਕ ਹੈ? ਰੈਡ ਲੇਕ। ਰੈਡ ਲੇਕ, ਬਲੂ ਲੇਕ, ਬਲੂ ਲੇਕ ਐਂਡ ਵਾਈਟ ਲੇਕ। ਵਾਈਟ ਲੇਕ, ਤਿੰਨ ਲੇਕ। ਕੀ ਬਾਤ ਹੈ, ਇਹਨਾਂ ਪਹਾੜਾਂ ਦੇ ਤਿੰਨ ਝੀਲਾਂ ਨੇ ਜਿਨ੍ਹਾਂ ਦੇ ਟਰੈਕ ਕਰਨ ਲਈ ਵੀਰ ਹੋਣੀ ਬਤੌਰ ਗਾਈਡ ਜਾ ਰਹੇ ਆ, ਦੋ ਫਰਾਂਸ ਦੇ ਬੰਦੇ ਆਏ ਹੋਏ ਨੇ। ਹਮ ਆਪਕਾ ਨੰਬਰ ਲੇਂਗੇ, ਇਨ ਫਿਊਚਰ ਹਮ ਟਰੈਕ ਕਰਤੇ ਰਹਤੇ ਹੈ, ਤੋ ਆਪਸੇ ਜ਼ਰੂਰ ਕਨੈਕਟ ਕਰੇਂਗੇ। ਇਸੀ ਗਾਉਂ ਸੇ ਨਾ ਆਪ? ਆਪਕਾ ਨਾਮ? ਪਦਮਾ। ਪਦਮਾ, ਠੀਕ ਹੈ ਪਦਮਾ, ਆਪਕਾ ਨੰਬਰ ਦੇ ਦਿਓ ਮੈਂ ਵੀਰੇ। ਮਤਲਬ ਫੁੱਲ ਪੈਕੇਜ ਹੋਤਾ ਹੈ? ਹਾਂ। ਓਕੇ, ਪੋਰਟਰ ਸਾਥ ਜਾਏਗਾ? ਪੋਰਟਰ ਵੀ ਸਾਥ ਜਾਏਗਾ, ਇੱਕ ਹੈਲਪਰ ਜਾਂ ਕੁੱਕ ਜਾਏਗਾ। ਕੁੱਕ ਜਾਏਗਾ, ਤਿੰਨ ਜਾਏਗਾ। ਓਕੇ, ਟੈਂਟ, ਸਲੀਪਿੰਗ ਬੈਗ, ਮੈਟ, ਐਵਰੀਥਿੰਗ ਵਿਦ ਯੂ? ਹਾਂ, ਉਹ ਕਰ ਦੇਂਗੇ। ਓਕੇ ਚਲੋ ਠੀਕ ਹੈ, ਫਿਰ ਮਿਲਾਂਗੇ ਜ਼ਰੂਰ ਫਿਊਚਰ ਮੇਂ, ਜੇ ਟਰੈਕ ਕਰੇਂਗੇ ਯਾਰ ਆਪਸੇ। ਆਪਕਾ ਗੁੱਡ ਨੇਮ? ਮੈਂ, ਮਾਈ ਨੇਮ ਅੰਮ੍ਰਿਤਪਾਲ ਸਿੰਘ। ਹਾਂ, ਨਾਈਸ ਟੂ ਮੀਟ ਯੂ। ਨਾਈਸ ਟੂ ਮੀਟ ਯੂ ਬ੍ਰੋ। ਤੋ ਗਰਮੀ ਮੇਂ ਹੋਤਾ ਜੀ? ਹਾਂ, ਗਰਮੀ ਮੇਂ, ਕਿਉਂਕਿ ਠੰਡਾ ਮੇਂ ਤਾਂ ਬਹੁਤ ਠੰਡ। ਜੂਨ ਜੁਲਾਈ? ਜੂਨ ਜੁਲਾਈ, ਹਾਂ। ਅਗਸਤ? ਹਾਂ, ਜੂਨ ਜੁਲਾਈ ਅਗਸਤ, ਹਾਂ, 3 ਮਹੀਨਾ। ਓਕੇ ਓਕੇ, ਠੀਕ ਹੈ ਠੀਕ ਹੈ ਪਦਮਾ ਵੀਰੇ, ਓਕੇ।
ਨਿਆਣੀ ਦਾ ਪਿੰਡ ਫਕੋਤ ਸਰ ਚੋਂ ਬਾਹਰ ਨਿਕਲ ਕੇ ਤੇ ਆਪਾਂ ਮੇਨ ਸੜਕ ਦੇ ਉੱਤੇ ਚੜ੍ਹਦੇ ਹੋਵਾਂਗੇ। ਸਾਹਮਣੇ ਆਪਾਂ ਨੂੰ BRO ਦੇ ਡੈਟਰ ਦਿੰਦੇ ਆ, ਟੈਂਟਰ ਦਿੰਦੇ ਆ, ਨੰਗੀ ਅੱਖ ਨਾਲ ਦਾ ਪਤਾ ਲੱਗਦਾ, ਕੈਮਰੇ ਦਾ ਪਤਾ ਨਹੀਂ ਦਿਸਦੇ ਆ ਜਾਂ ਨਹੀਂ। ਅਤੇ ਸੋਹਣਾ ਪਿੰਡ ਸੀ, ਕਿਸੇ ਨੇ ਵੀ ਇੱਧਰ ਆਉਣਾ ਹੋਵੇ ਤਾਂ ਦੋਵੇਂ ਦਰਿਆ ਦੇ ਵਿਚਕਾਰ ਇੱਥੇ ਰਹਿਣ ਲਈ ਸ਼ਾਨਦਾਰ ਜਗ੍ਹਾ ਇਹ ਪਿੰਡ। ਕੀ ਦੇਖ ਲਿਆ ਵੀਰ, ਕੀ ਦੇਖ ਲਿਆ ਏ, ਕੁਦਰਤ 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 ਕੁਦਰਤ, ਵਾਹ! ਇਹ ਰੱਬ ਦੇ ਬਣਾਏ ਹੋਏ ਪਹਾੜ ਅਤੇ ਬੰਦੇ ਦੀ ਕੀਤੀ ਹੋਈ ਕਾਰਾਗਰੀ, ਐਨ ਜਿਵੇਂ ਸੱਪ ਇੱਥੋਂ ਲੰਘਿਆ ਹੁੰਦਾ, ਇਵੇਂ ਦੀ ਇਹ ਰਾਹ ਬਣਿਆ ਹੋਇਆ। ਇਸੇ ਰਾਹ ਦੇ ਉੱਤੇ ਚੜ੍ਹਦੇ ਚੜ੍ਹਦੇ ਆਪਾਂ ਸਿਰ ਦੇ ਉੱਤੇ ਬਿਲਕੁਲ ਚੜ੍ਹ ਜਾਵਾਂਗੇ। ਹਜੇ ਚੜ੍ਹਾਈ ਬਾਕੀ ਆ, ਆਹ ਡੰਡੀਆਂ ਹਜੇ ਜਾਈ ਜਾਂਦੀਆਂ, ਰਾਹ ਜਾਈ ਜਾਂਦੀਆਂ, ਰਾਹ ਚੌੜਾ, ਇਹ ਰਾਹ ਬਣਿਆ ਹੋਇਆ, ਸੜਕ ਨਹੀਂ ਬਣੀ ਵਧੀਆ, ਪਰ ਐਡਾ ਕੋਈ ਇਹ ਅਖਿਆਈ ਵਾਲੀ ਗੱਲਬਾਤ ਨਹੀਂ। ਅਤੇ ਇਸ ਰਾਹ 'ਤੇ ਸਾਨੂੰ ਦੋ ਕੁ ਗੱਡੀਆਂ ਟੱਕਰੀਆਂ ਨੇ ਜਿਹੜੀਆਂ ਇਸ ਵੇਲੇ ਆਪਣੇ ਫਰੇਮ ਦੇ ਵਿੱਚ ਵੀ ਆਪਾਂ ਨੂੰ ਦਿਸੀ ਜਾਂਦੀਆਂ। ਜਿੱਥੇ ਜੇ ਹੁਣ ਆਪਾਂ ਫਿਰਦੇ ਹਾਂ, ਆਪਣੀ ਉਚਾਈ ਲਗਭਗ ਮੰਨ ਕੇ ਚੱਲੀਏ ਕਿ 5900 ਜਾਂ 5000 ਦਾ ਗੇੜ ਹੈ ਮੀਟਰ ਸਮੁੰਦਰ ਤਲ ਤੋਂ, ਇੰਨੀ ਉਚਾਈ ਹੈ। ਇੱਥੇ ਕੁਝ ਖੱਚਰਾਂ ਵਾਲੇ ਵੀਰ ਮਿਲੇ ਨੇ ਜਿਹੜੇ ਖੱਚਰਾਂ ਲੈ ਕੇ ਪਾਰ ਜਾ ਰਹੇ ਆ, ਠੀਕ ਹੈ। ਸਮਾਨ ਦੀ ਢੋਆ ਢੁਆਈ ਕਿਤੇ ਨਾ ਕਿਤੇ ਇਹੋ ਜਿਹੇ ਕਰਦੇ ਆ ਇਹ ਨੇੜੇ ਤੇੜੇ ਦੇ ਪਿੰਡਾਂ ਵੱਲ। ਅਤੇ ਮੈਨੂੰ ਲੱਗਦਾ ਵੀ ਆਪਾਂ ਵੀਰਾ ਸਿਰਸਰ ਲਾ ਦੇ ਸਿਖਰ 'ਤੇ ਪਹੁੰਚ ਚੁੱਕੇ ਹਾਂ, ਕਿਉਂਕਿ ਇੱਥੇ ਝੰਡੇ ਲੱਗੇ ਹੋਏ ਦਿਸਦੇ ਆ, ਅੱਗੇ ਇੱਕ ਬੋਰਡ ਵੀ ਲੱਗਿਆ ਦਿਸਦਾ ਹਰੇ ਰੰਗ ਦਾ, ਅਤੇ ਬਰਫਾਂ ਵਾਲੇ ਪਹਾੜ ਵੀ ਨੇੜੇ ਦਿਸਦੇ ਆ। ਠੰਡ ਇੱਥੇ ਆ ਕੇ ਤਾਂ ਹੋਰ ਵੱਧ ਗਈ, ਠੰਡ ਵਧਣੀ ਹੈ। ਆਹ ਲਿਖਿਆ ਜੀ ਸਿਰਸਰ ਲਾ, ਕੱਲ੍ਹ ਲੰਘੇ ਸੀ ਸਿੰਘੇ ਲਾ, ਅਤੇ ਅੱਜ ਆਪਾਂ ਖੜ੍ਹੇ ਹਾਂ ਸਿਰਸਰ ਲਾ ਦੀ ਚੋਟੀ 'ਤੇ। ਸਿਰਸਰ ਲਾ ਬਾਰਡਰ ਰੋਡ ਔਰਗਨਾਈਜੇਸ਼ਨ ਦੇ ਬਣਾਏ ਹੋਏ ਸਾਰਾ ਮਾਹੌਲ ਇੱਕ ਦਰੇ ਦੇ ਸਿਖਰ 'ਤੇ, ਕਮਾਲ ਦੀ ਗੱਲਬਾਤ ਹੈ ਇਹ। ਲੱਦਾਖ ਦਾ ਲੈਂਡ ਆਫ ਹਾਈ ਪਾਸਿਸ ਅਤੇ ਉਹਦੇ ਵਿੱਚੋਂ ਇੱਕ ਪਾਸ ਇਹ ਆ, ਬੇਨਾਮੇ ਜੇ ਪਾਸ ਵੀ ਇਸ ਰੋਡ ਦੇ ਉੱਤੇ ਬਹੁਤ ਪੈਂਦੇ ਆ। ਚਲੋ ਇਹ ਉਹ ਆ ਜਿਹਨਾਂ 'ਤੇ ਬੋਰਡ ਲੱਗ ਜਾਂਦੇ, ਜਿਹਦੇ ਨਾਲ ਫੋਟੋਆਂ ਹੋ ਜਾਂਦੀਆਂ, ਵੱਡੇ ਦਰੇ ਹੋ ਜਾਂਦੇ ਆ। ਠੰਡ ਖੈਰ ਪੂਰੀ ਆ ਵੀਰ, ਹੁਣ ਇੱਥੇ ਸਟਿੱਕਰ ਸਟੁੱਕਰ ਬਾਹਲੇ ਲਾਉਂਦੇ ਆ ਮੁੰਡੇ, ਠੀਕ ਹੈ, ਲਾਉਣੇ ਵੀ ਚਾਹੀਦੇ ਆ, ਖੈਰ ਤੁਹਾਡੀਆਂ ਪ੍ਰਾਪਤੀਆਂ ਨੇ, ਘੁੰਮਣ ਆਉਣੀ ਵੀਰ। ਲੱਦਾਖ ਦੇ ਵਿੱਚ ਅਸੀਂ ਪਹਿਲਾਂ ਦਰਾ ਲੰਘੇ ਸੀ ਬਾਈ ਜੁਜ਼ੀਲਾ, ਜਦੋਂ ਅਸੀਂ ਸਾਈਕਲਾਂ 'ਤੇ ਸਫ਼ਰ ਕੀਤਾ ਸੀ। ਜੁਜ਼ੀਲਾ ਉਹ ਦਰਾ ਜਿਹੜਾ ਕਸ਼ਮੀਰ ਅਤੇ ਲੱਦਾਖ ਦੀ ਹੱਦ ਹੈ, ਅਤੇ ਇਹ ਸਾਰੇ ਪਾਸ ਲੱਦਾਖ ਦੇ ਵਿੱਚ ਨੇ। ਸਭ ਤੋਂ ਉੱਚਾ ਪਾਸ ਕਿਹੜਾ, ਉਹ ਹੈਗਾ ਅਮਲਿੰਗਲਾ, ਦਾ ਵਰਲਡ ਹਾਈਐਸਟ ਮੋਟਰੇਬਲ ਰੋਡ, ਜਿਹਦੇ ਉੱਤੇ ਸਾਧਨ ਚੱਲਦੇ ਆ, ਉਹਨੂੰ ਦੇਖਣ ਜਾਵਾਂਗੇ ਆਪਾਂ। ਹਨਲੇ ਵਾਲੇ ਪਾਸੇ ਰਹਿ ਜਾਂਦਾ ਉਹ, ਚੀਨ ਦੇ ਬਾਰਡਰ ਦੇ ਲਾਗੇ ਤਾਗੇ ਜੇ। ਇਹਦੇ ਨਾਲ ਬਾਈ ਨਾਲ ਫੋਟੋ ਖਿੱਚੀ ਮੇਰੀ ਇੱਕ ਵੀਰ, ਚੱਕ ਕੇ ਮਾੜਾ ਜਾ, ਔਖਾ ਝੱਕਦਾ, ਦਾਮ ਚੜ੍ਹਿਆ ਪਿਆ ਨਾ, ਹਾਈ ਅਲਟੀਟਿਊਡ ਹੈ। ਹਾਂ ਕੰਜੀ ਸੇ ਤੋ ਜਾਣਾ, ਕਿਉਂ ਕੌਣ ਸੇ ਪਹਾੜੋਂ ਪਰ ਜਾਣਾ ਹੈ? ਆਪ ਪਹਿਲੀ ਵਾਰੀ ਜਾ ਰਹੇ ਹੋ? ਇਸਕਾ ਅਲਟੀਟਿਊਡ ਕਿਤਨਾ ਹੋਗਾ ਪਤਾ ਆਪਕੋ? ਸੋਹਣਾ ਮਾਹੌਲ ਆ ਆਪਾਂ ਦੇਖ ਲਿਆ। ਇਹ ਜਿਹੜੇ ਵੀਰ ਹੁਣੀ ਖੱਚਰਾਂ ਘੋੜੇ ਲਈ ਫਿਰਦੇ ਨੇ, ਇਹ ਹਿਮਾਚਲ ਪ੍ਰਦੇਸ਼ ਦੇ ਇੱਥੇ ਟਰੈਕ ਕਰਵਾਉਣ ਲਈ ਲੈ ਕੇ ਆਏ ਆ, ਇੱਥੋਂ ਕੋਈ ਟੀਮ ਨੂੰ ਚੱਕਣਗੇ, ਗਰੁੱਪ ਨੂੰ, ਅਤੇ ਇਹਨਾਂ ਪਹਾੜਾਂ ਉੱਤੋਂ ਦੀ ਟਰੈਕ ਕਰਦੇ ਜਾਣਗੇ।
ਆਪਾਂ ਪਹੁੰਚਦੇ ਹਾਂ ਲੇਹ ਵੱਲ ਹੌਲੀ ਹੌਲੀ, ਅਤੇ ਲੇਹ ਅੱਜ ਮਿਲਾਂਗੇ ਆਪਣੇ ਭਰਾਵਾਂ ਨੂੰ, ਉਹਨਾਂ ਨੂੰ ਬਾਈ ਅਰਜਨ ਹੋਣਾ ਨੂੰ, ਉਹ ਉੱਥੇ ਪਹੁੰਚੇ ਹੋਏ ਆ ਕੱਲ੍ਹ ਦੇ, ਅਤੇ ਕੱਲ੍ਹ ਪਰਸੋਂ ਉਹਨਾਂ ਨਾਲ ਮੁਲਾਕਾਤ ਹੋਈ ਲੰਮਾ, ਸਾਰਾ ਦਿਨ ਅਸੀਂ 7-8 ਘੰਟੇ ਬੈਠੇ ਰਹੇ, ਗੱਲਾਂ ਬਾਤਾਂ ਕਰਦੇ ਰਹੇ। ਜਦੋਂ ਆਪਾਂ ਕਿਸੇ ਮਹਿਫਲ 'ਚ ਬੈਠੇ ਹੁੰਦੇ ਤਾਂ ਮੂੰਹ 'ਤੇ ਬਹੁਤੀ ਤਾਰੀਫ ਕਰੀਏ ਤਾਂ ਉਹ ਮਾਹੌਲ ਆਉੜ ਜਿਹਾ ਬਣ ਜਾਂਦਾ, ਉਹ ਇੰਨਾ ਸਿਖਾਵਾਂ ਨਹੀਂ ਰਹਿੰਦਾ, ਉਹ ਗੱਲ ਦੀ ਲੈਅ ਟੁੱਟ ਜਾਂਦੀ ਆ। ਪਰ ਤਾਰੀਫ ਕਰਨੀ ਬਣਦੀ ਆ ਅਰਜਨ ਹੋਣਾ ਦੀ ਜਾਂ ਸਾਰੀ ਟੀਮ ਦੀ, ਹਰਵਿੰਦਰ ਵੀਰ ਹੋਣਾ ਦੀ, ਕਿਉਂਕਿ ਜਿਹੜੇ ਮੇਨ ਸਟ੍ਰੀਮ ਗੀਤ ਆ, ਚਲੋ ਉਹ ਤਾਂ ਚੱਲਦੀ ਆ, ਟੇਪਾਂ ਆਉਂਦੀਆਂ ਨੇ, ਪਰ ਇਦੋਂ ਬਿਨਾਂ ਜਿਹੜੇ ਉਹਨਾਂ ਦੇ ਗੀਤ ਆ, ਜਿਵੇਂ ਚਿੱਤ ਕਰੇ ਕੇਸ, ਰੱਖ ਲਵਾਂ ਫਿਰ ਤੋਂ, ਆਪਾਂ ਦੇਖਦੇ ਹਾਂ ਮੁੰਡੇ ਕੁੜੀਆਂ ਉੱਥੇ ਬਹੁਤ ਸੋਹਣੀਆਂ ਰੀਲਾਂ ਬਣਾਉਂਦੇ ਆ ਅਤੇ ਜੁੜੇ ਰੱਖਦੇ ਆ, ਚੰਗੀ ਗੱਲ ਆ। ਨਾਲ ਹੀ ਇੱਕ ਹੋਰ ਗੀਤ ਆ, ਜਿਵੇਂ ਮਹਾਰਾਣੀ ਜਿੰਦਾਂ ਦੀ ਗੀਤ ਸੀਗਾ, ਉਹ ਗੀਤ ਤੋਂ ਬਾਅਦ ਕੀ ਫਰਕ ਪਿਆ, ਜਵਾਕਾਂ ਨੇ ਉਹ ਕਿਤਾਬਾਂ ਨੂੰ ਫੜਨਾ ਸ਼ੁਰੂ ਕੀਤਾ ਵੀ ਮਹਾਰਾਣੀ ਜਿੰਦ ਕੌਰ ਹੋਣੀ ਕੌਣ ਸੀ, ਜਾਂ ਉਹਨਾਂ ਦਾ ਦੁੱਲੇ 'ਤੇ ਆਇਆ ਸੀ ਗੀਤ ਦੁੱਲਾ ਭੱਟੀ ਹੋਣਾ 'ਤੇ, ਸਾਂਦਲ ਬਾਰ ਦਾ ਜ਼ਿਕਰਾ ਵਿੱਚ ਨਵੇਂ ਮੁੰਡਿਆਂ ਨੂੰ ਪਤਾ ਲੱਗਾ ਵੀ ਭਾਈ ਇਹ ਵੀ ਕੋਈ ਆਪਣੇ ਹੀਰੋ ਹੈਗੇ ਆ, ਅਤੇ ਢਾਵਾਂ ਦਿੱਲੀ ਦੇ ਕਿੰਗਰੇ ਵਰਗੀਆਂ ਕਿਤਾਬਾਂ ਨੂੰ ਪੜ੍ਹਨ ਵੱਲ ਉਹ ਲਿਆ, ਅਤੇ ਨਵੀਂ ਟੇਪ ਜਿਹੜੀ ਆ ਰਹੀ ਉਹਦੇ ਗੀਤ ਸੁਣਾਏ ਵੀਰ ਹੋਣਾ ਨੇ, ਸਾਰੇ ਬੜੇ ਸ਼ਾਨਦਾਰ ਗੀਤ ਆ। ਉਹਦੇ 'ਚ ਇੱਕ ਗੀਤ ਬਾਬਾ ਬੰਦਾ ਸਿੰਘ ਬਹਾਦਰ ਹੋਣਾ 'ਤੇ ਆ, ਵੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਹੋਣੀ ਸਮਾਣਾ, ਸਢੌਰਾ, ਉਹਨਾਂ ਥਾਵਾਂ ਨੂੰ ਫਤਿਹ ਕਰਕੇ ਚੱਪੜਚਿੜੀ ਦੇ ਨੇੜੇ ਤੇੜੇ ਪਹੁੰਚੇ ਆ, ਅਤੇ ਉਦੋਂ ਉਹਨਾਂ ਦਾ ਇੱਕ ਸੀਗਾ ਵੀ ਕਿੱਥੇ ਸਰਹੰਦ, ਦਿਖਾਓ ਤਾਂ ਸਹੀ ਵੀ ਕਿ ਬੰਦਾ ਵੇਖਦਾ ਵੀ ਸਰਹੰਦ ਕਿਹੜੀ ਆ ਯਾਰ, ਜਿਹਨੂੰ ਜੋ ਆਪਾਂ ਜਿੱਤਣਾ ਵੀ ਪਹਿਲਾਂ ਉਹਨੂੰ ਦੇਖ ਤਾਂ ਲਈਏ। ਉਹ ਸੋਹਣੀਆਂ ਚੀਜ਼ਾਂ ਨੇ ਜਿਹੜੀਆਂ ਪੰਜਾਬ ਰੈਕਰਡਸ ਬਰਾਊਨ ਸਟੂਡੀਓ ਟੀਮ ਦੇ ਹਿੱਸੇ ਆਈਆਂ। ਤੁਸੀਂ ਸਾਰੇ ਭਰਾ ਜਿਹੜੇ ਇਸ ਟੀਮ 'ਚ ਕੰਮ ਕਰਦੇ ਹੋ, ਵਧਾਈ ਦੇ ਹੱਕਦਾਰ ਹੋ, ਤਾਂ ਹੀ ਲੋਕ ਤੁਹਾਨੂੰ ਇੰਨਾ ਪਿਆਰ ਕਰਦੇ ਆ ਬਾਈ। ਅਤੇ ਜਾਂਦੇ ਜਾਂਦੇ ਇੱਕ ਵਾਰੀ ਆਪਾਂ ਉੱਚੇ ਦਰੇ 'ਤੇ ਖੜ੍ਹੇ ਹਾਂ, ਉਚਾਈ ਇਹਦੀ 4500 ਮੀਟਰ ਆ ਹੁਣ ਦੇਖਿਆ ਅਸੀਂ, ਅਤੇ ਉੱਚੇ ਦਰੇ 'ਤੇ ਖੜ੍ਹ ਕੇ ਮਾਹੌਲ ਇਹੋ ਜਿਹਾ ਦਿਸਦਾ ਹੁੰਦਾ। ਇਹ ਲੱਦਾਖ ਦੀ ਇੱਕ ਖੂਬਸੂਰਤੀ ਹੋਰ ਆ ਵੀ ਇੱਥੇ ਬੱਦਲ ਨਹੀਂ ਹੁੰਦੇ, ਮੀਂਹ ਨਹੀਂ ਪੈਂਦਾ, ਨਹੀਂ ਬਹੁਤੇ ਕੀ ਹੁੰਦਾ ਟਰੈਕ ਕਰਕੇ ਬੰਦਾ 3-4 ਘੰਟੇ 5-7 ਘੰਟੇ ਚੜ੍ਹਦਾ, ਅਤੇ ਗਾਹਾਂ ਨੂੰ ਧੁੰਦ ਟੱਕਰ ਜਾਂਦੀ, ਕੱਖ ਨਹੀਂ ਦੀਦਾ ਇੱਥੇ, ਇੰਨਾ ਕੁਛ ਦੀਦਾ। ਟਰੈਕ ਉਹੀ ਆ ਜਿਵੇਂ ਪਹਿਲੇ ਦਿਨ ਆਪਾਂ ਗੱਲ ਕਰਦੇ ਸੀ ਵੀ ਦਾਰਚਾ ਮਨਾਲੀ ਵੱਲੋਂ, ਦਾਰਚਾ ਤੋਂ ਹਿਮਾਚਲ ਪ੍ਰਦੇਸ਼ 'ਚੋਂ ਟਰੈਕ ਚੱਲਦਾ ਸੀ ਜਿਹੜਾ ਲਾਮਾ ਯੂਰੂ ਜਾਂਦਾ ਸੀਗਾ, ਸੜਕ ਬਣ ਗਈ, ਪਰ ਹੁਣ ਵੀ ਕਈ ਜਿਹੜੇ ਸ਼ੌਕੀਨ ਆ ਜਿਹੜੇ ਟਰੈਕ ਕਰਨਾ ਚਾਹੁੰਦੇ ਆ ਅਤੇ ਕੁਛ ਟਰੈਕ ਕਰਦੇ ਨੇ ਜਿਹੜੇ ਆ ਵੀਰ ਹੁਣੀ ਟਰੈਕ ਕਰਵਾ ਰਹੇ ਆ, ਇਹਨਾਂ ਨੇ ਇੱਥੋਂ ਕਿਤੋਂ ਚੱਕਣਾ ਅਤੇ ਲਾਮਾ ਯੂਰੂ ਲਿਜਾ ਕੇ ਉਹਨਾਂ ਨੂੰ ਛੱਡਣਾ ਇਹਨਾਂ ਪਹਾੜਾਂ ਉੱਤੋਂ ਦੀ, ਇਹਨਾਂ ਖੁਸ਼ਕ ਪਹਾੜਾਂ ਉੱਤੋਂ ਦੀ ਹਾਈ ਅਲਟੀਟਿਊਡ 'ਤੇ। ਸੋਹਣੀਆਂ ਗੱਲਾਂ ਬਾਤਾਂ ਨੇ ਇਹ, ਇਹੋ ਜਿਹੇ ਰਾਹ ਨੇ ਜਿਹੜੇ ਸਰਸਰਲਾ ਨੂੰ ਇੱਧਰਲੇ ਪਾਸਿਓਂ ਚੜ੍ਹਦੇ ਆ। ਇੱਕ ਚੀਜ਼ ਹੋਰ ਦੇਖੀ ਆ ਵੀ ਇਹ ਰਾਹ ਦੇ ਉੱਤੇ ਪਾਣੀ ਨੂੰ ਕਿਤੇ ਬਾਹਲਾ ਲੰਘਣਾ ਨਹੀਂ ਪੈਂਦਾ। ਇੱਕ ਥਾਂ 'ਤੇ ਕੱਲ੍ਹ ਹੱਥ ਨੇ ਇੱਕ ਪਏ ਸੀ ਕਿ ਜਿੱਥੋਂ ਆਪਾਂ ਪਾਣੀ ਨੂੰ ਜੋੜੇ ਲਾ ਗਏ ਅਤੇ ਪਹਿਲੇ ਗੇਅਰ 'ਚ ਟੱਪੇ ਸੀਗੇ, ਬਾਕੀ ਹੋਰ ਨਹੀਂ ਕਿਤੇ ਕੋਈ ਸਮੱਸਿਆ ਹੁੰਦੀ, ਬਾਕੀ ਬਸ ਰੇਤਾ 'ਚ ਉੱਡੀ ਜਾਂਦਾ, ਐਡੀ ਕੋਈ ਇਹਦੀ ਸਮੱਸਿਆ ਨਹੀਂ ਹੁੰਦੀ, ਮੂੰਹ ਆਪਦਾ ਢੱਕ ਕੇ ਅਤੇ ਚਲਾਈ ਚੱਲੇ ਸਕਦੇ, ਐਨਕਾਂ ਉਣਕਾਂ ਲਾ ਲਏ, ਉਹ ਵੀ ਖਰਸੂਤ ਰਹਿੰਦਾ ਕੰਮ, ਅਤੇ ਉਹ ਕਾਰਾਂ ਤਾਹਾਂ ਨੂੰ ਚੜ੍ਹ ਰਹੀਆਂ ਸਿਰਸਰਲਾ ਵੱਲ ਨੂੰ, ਜੇ ਕੇ ਨੰਬਰ ਦੀਆਂ ਗੱਡੀਆਂ। ਵੀਰ ਦਵਿੰਦਰ ਦਾ ਗੀਤ ਹੁੰਦਾ ਸੀ ਜਦੋਂ ਆਈਲੈਟਸ ਚੱਲੀ ਚੱਲੀ, ਚੋਰੀ ਚੋਰੀ 2 ਮਹੀਨੇ ਚੰਡੀਗੜ੍ਹ ਲਾ ਗਏ, ਹਾਂ ਬਹੁਤ ਸੋਹਣਾ ਗੀਤ ਸੀ ਇਹ, ਬਹੁਤ ਚੱਲਿਆ ਸੀ। ਬਿਨਾਂ ਖੰਭਾਂ ਉੱਡ ਜਾਏਗਾ, ਪਰਸੋਂ ਫਲਾਈਟ ਤੇਰੀ ਏਡਾ ਧੋਖਾ ਕੀਤਾ ਤਾਂ ਮੇਰੇ ਨਾਲ ਵੇ। ਇਹ ਇਹਨਾਂ ਦਾ ਦੌਰ ਵਧੀਆ ਸੀਗਾ, ਮਾਹੀ ਨੰਗਲ, ਧਰਮਪ੍ਰੀਤ ਅਤੇ ਭਿੰਦਰ ਡੱਬਵਾਲੀ ਦੇ ਗਾਣੇ, ਇਹ ਦੌਰ ਵੱਖਰਾ ਜਿਹਾ ਹੁੰਦਾ ਸੀਗਾ। ਉਦੋਂ ਬਾਅਦ ਮਿਸ ਪੂਜਾ ਆ ਗਈ ਅਤੇ ਉਹ ਆ ਗਿਆ ਭਗਤੇ ਵਾਲਾ ਗੀਤਕਾਰ, ਉਹ ਫਿਰ ਬਹੁਤ ਦਬਲੇ ਉਹਨਾਂ ਨੇ ਗੀਤ ਗੂਤ ਹੈ ਨਾ ਬਹੁਤ ਕੱਢਿਆ, ਹਟ ਗਏ ਖੈਰ ਮੁੜ ਕੇ ਉਹ ਲਿਖਣੋਂ ਵੀ ਹਟ ਗਿਆ ਬਾਈ ਉਹ, ਅਤੇ ਸਮਾਂ ਹੁੰਦਾ ਹਰ ਇੱਕ ਚੀਜ਼ ਦਾ ਯਾਰ।
ਤੁਸੀਂ ਸਮੇਂ ਨਾਲ ਨਹੀਂ ਬਦਲਦੇ, ਸਮਾਂ ਮੂਹਰੇ ਲੰਘ ਜਾਂਦਾ, ਫਿਰ ਨਹੀਂ ਦਿਲਜੀਤ ਵਰਗੇ ਤਾਂ ਹੀ ਚੱਲੀ ਜਾਂਦੇ ਆ ਨਾ, ਇਹ ਸਮੇਂ ਦੇ ਨਾਲ ਨਾਲ ਤੁਰੇ ਫਿਰਦੇ ਆ, ਇਹ ਜਮ੍ਹਾਂ ਅਪਡੇਟ ਹੁੰਦੇ ਆ। ਹਾਂ ਉਦੋਂ ਪਿੰਡਾਂ 'ਚ ਨਾ ਪੋਸਟਰ ਲੱਗਦੇ ਹੁੰਦੇ ਇਹਨਾਂ ਦੀਆਂ ਕੈਸਟਾਂ ਦੇ, ਬਠਿੰਡੇ ਬੱਸ ਅੱਡੇ 'ਤੇ ਲੱਗਿਆ ਹੁੰਦਾ, ਉੱਥੇ ਜਿਹਦੀ ਨਵੀਂ ਟੇਪ ਆਉਂਦੀ ਬਠਿੰਡੇ ਬੱਸ ਅੱਡੇ 'ਤੇ ਪੋਸਟਰ ਲੱਗਦਾ। ਸਮੇਂ ਨਾਲ ਬਦਲ ਜਾਂਦਾ ਸਾਰਾ ਕੁਛ ਯਾਰ। ਰੀਲਾਂ ਆਉਣੀਆਂ ਕੈਸਟਾਂ ਜੇ ਅੱਗ ਲਾਇਆ ਨੀ ਸੜਨੀ ਸੀ, ਤੇਰੀ ਫੋਟੋ ਨਾਲ ਸੜ ਜਾਣੀ ਸੀ, ਜੇ ਪਾਣੀਆਂ ਵਿੱਚ ਨੀ ਹੜਨੀ ਸੀ, ਤੇਰੀ ਫੋਟੋ ਨਾਲ ਹੜ ਜਾਣੀ ਸੀ, ਤੇਰੇ ਸਾਰੇ ਵਾਅਦੇ ਟੁੱਟ ਗਏ ਨੇ, ਸਾਡੀ ਆਸ ਦਾ ਟੁੱਟਣਾ ਬਾਕੀ ਏ, ਜਿਹਦੇ ਵਿੱਚ ਤੇਰੀ ਯਾਦ ਪਈ, ਦਿਲ ਕੱਢ ਕੇ ਸੁੱਟਣਾ ਬਾਕੀ ਏ। ਲੱਦਾਖ ਦੇ ਇਹਨਾਂ ਰਾਹਾਂ 'ਤੇ ਸਫ਼ਰ ਕਰਦੇ ਮੈਨੂੰ ਲੱਗਦਾ ਤੁਹਾਡੇ ਮੋਟਰਸਾਈਕਲ ਦੀ ਸਪੀਡ 40 ਤੋਂ ਵੱਧ ਨਹੀਂ ਹੋਣੀ ਚਾਹੀਦੀ ਜੇ ਤੁਹਾਡੇ ਕੋਲ ਸਮਾਂ ਹੈਗਾ। ਜੇ ਖਿੱਚਾ ਤਾਂ ਗੱਲ ਵੱਖਰੀ ਹੈ, ਆਹ ਫੀਲ ਆ ਜਿਹੜਾ ਤਾਂ ਹੀ ਆ ਸਕਦਾ। ਬੱਦਲਾਂ ਦਾ ਪਰਛਾਵਾਂ ਸਾਹਮਣੇ ਪਹਾੜ 'ਤੇ ਪਈ ਜਾਂਦਾ ਅਤੇ ਕਿਸੇ ਪਹਾੜ 'ਤੇ ਧੁੱਪ ਪਈ ਜਾਂਦੀ ਆ, ਸਾਹਮਣੇ ਇੱਕ ਪਾਣੀ ਵਗੀ ਜਾਂਦਾ, ਇਹ ਪਾਣੀ ਜਾ ਕੇ ਮੇਰੇ ਖਿਆਲ 'ਚ ਦਰਿਆ ਜਾਂਸਕਰ ਦੇ ਵਿੱਚ ਰਲੂਗਾ, ਇਹ ਉੱਥੋਂ ਦੇ ਲੰਘਦੇ ਆਪਾਂ ਹੌਲੀ ਹੌਲੀ। ਦਰੇ ਤੋਂ ਉਤਰਦਿਆਂ ਇੱਕ ਢਾਬਾ ਆਉਂਦਾ, ਦਰੇ ਦੇ ਪਰਲੇ ਪਾਸੇ ਵੀ ਢਾਬਾ ਸੀਗਾ ਅਤੇ ਇੱਥੇ ਵੀਰ ਹੁਣੀ ਕਹਿੰਦੇ ਵੀ ਦਾਲ ਚੌਲ ਮਿਲ ਜਾਣਗੇ, ਸਵੇਰੇ ਬਾਈਆਂ ਨੇ ਬਣਾਇਆ ਸੀਗਾ ਅਤੇ ਉਹ ਤੇਲ ਤੱਪਾ ਬਾਹਲਾ ਪਾਇਆ ਸੀਗਾ, ਇਹ ਵੀਰ ਕੋਲ ਖਾਂਦੇ ਹਾਂ। ਮਿਲੂ ਬਾਈ ਜੀ ਦਾਲ ਚਾਵਲ ਦੇ ਦਿਓ ਵੀਰੇ, 5 ਮਿੰਟ ਕੋਈ ਗੱਲ ਨਹੀਂ, 5 ਮਿੰਟ ਲਓ ਬਾਈ ਤੁਸੀਂ। ਵਾਹ ਬਾਈ ਜਗ੍ਹਾ ਵੀ ਸੋਹਣੀ ਬਣਾਈ ਹੋਈ ਆ। ਹਾਂਜੀ ਚਾਏ ਵੀ ਪੀ ਲੈਂਗੇ ਘੁੱਟ ਘੁੱਟ, ਫਿਲਹਾਲ ਤੁਸੀਂ ਆ ਸਾਨੂੰ ਉਹ ਦੇ ਦਿਓ, ਦਾਲ ਚਾਵਲ ਦੇ ਦੀ ਮੇਰਾ ਵੀਰ, ਦਹੀਂ ਹੈਗਾ ਦਹੀਂ ਦਹੀਂ, ਚੱਲ ਦਾਲ ਚਾਵਲ ਦੇ ਦੀ। ਢਾਬੇ 'ਤੇ ਆ ਕੇ ਸਕੀਨ ਦਾ ਬੈਠਾ ਚੁੱਬਰ, ਕਿੱਦਾਂ ਛੋਟੇ ਵੀਰ, ਖਾਣ ਪੀਣ ਨੂੰ ਮੰਗਦਾ ਕੁਛ, ਦੰਦੀ ਨਾ ਭਰ ਲਈ ਉਹ ਭਰਾਵਾ। ਜੇ ਕਿਆ ਵੀਰੇ ਲੂਣ ਨਮਕ ਦਿੰਦਰਾ, ਲੂਣ ਦਾ ਕੌਲਾ ਭਰ ਕੇ ਫੜਾ ਤਾ। ਪਹਾੜਾਂ 'ਚ ਡਰਾਈਵਿੰਗ ਕਰਦਿਆਂ ਇੱਕ ਹਮੇਸ਼ਾ ਇੱਕ ਰੂਲ ਹੁੰਦਾ ਕਿ ਜਿਹੜੀ ਗੱਡੀ ਕੋਈ ਮੋਟਰਸਾਈਕਲ ਚੜ੍ਹਾਈ ਚੜ੍ਹ ਰਿਹਾ ਜਿਹਦਾ ਜ਼ੋਰ ਲੱਗੀ ਜਾਂਦਾ ਛੋਟੇ ਗੇਅਰ 'ਚ, ਪਹਿਲਾਂ ਉਹਨੂੰ ਥਾਂ ਦਿਓ, ਜਿਹਨੇ ਉਤਰਨਾ ਬੰਦਾ ਉਹ ਰੁਕ ਸਕਦਾ ਬ੍ਰੇਕ ਲਾ ਸਕਦਾ, ਪਹਿਲ ਉਹਦੀ ਹੋਣੀ ਚਾਹੀਦੀ ਹੈ। ਤਾਂ ਹੀ ਬਾਈ ਹੱਥ ਖੜ੍ਹਾ ਕਰਕੇ ਗਿਆ ਵੀ ਸ਼ਾਬਾਸ਼ ਭਾਈ ਤੁਸੀਂ ਪਹਿਲਾਂ ਪਿੱਛੇ ਰੁਕ ਗਏ ਸੀਗੇ, ਬੜੀਆ ਝੂਲੇ ਜੀ ਝੂਲੇ ਜੀ ਝੂਲੇ, ਕਿਆ ਬਾਤ ਆ। ਆਹ ਸਾਹਮਣੇ ਪਾਸੇ ਦਾ ਪਹਾੜ ਦੇਖਣ ਵਾਲਾ ਹੈ, ਇੱਕੋ ਸਲੇਟਾਂ ਦੀਆਂ ਨੇ ਬਸ ਇਹਦੀਆਂ, ਇੱਥੇ ਵੀ ਭੰਨਾ ਬਣਾਈ ਦਾ ਕੰਮ ਚੱਲੀ ਜਾਂਦਾ ਅਤੇ ਇਸ ਇਲਾਕੇ ਦੇ ਲੋਕ ਨਹੀਂ ਲੱਗੇ ਹੋਏ ਨੇ ਇੱਥੇ। ਝੂਲੇ ਜੀ ਝੂਲੇ ਝੂਲੇ ਝੂਲੇ, ਕੰਨ ਬੰਦ ਹੋਈ ਜਾਂਦੇ ਹੈ ਨਾ ਆਪਾਂ ਜਦੋਂ ਆਪਾਂ ਹਾਈ ਅਲਟੀਟਿਊਡ 'ਤੇ ਠਾਣ ਆਉਣੇ ਹਾਂ
ਤਾਂ ਕੰਨ ਕਿਤੇ ਨਾ ਕਿਤੇ ਭਾਰੇ 'ਚ ਹੋ ਜਾਂਦੇ, ਯਕਦਮ ਚੜ੍ਹਦੇ ਹਾਂ ਹਾਈ ਅਲਟੀਟਿਊਡ 'ਤੇ ਤਾਂ ਵੀ ਹੋ ਜਾਂਦਾ, ਉਤਰਨ ਵੇਲੇ ਵੀ ਹੋ ਜਾਂਦਾ, ਅਤੇ ਬੰਦੇ ਦਾ ਇਹੋ ਜਿਹੇ ਮੌਕੇ 'ਤੇ ਕਈ ਵਾਰੀ ਮੂਡ ਵੀ ਸਵਿੰਗ ਹੁੰਦਾ, ਕਈ ਵਾਰੀ ਨਾਲ ਦੇ ਬੰਦੇ ਨੂੰ ਗੁੱਸਾ ਆਉਣ ਲੱਗ ਪੈਂਦਾ, ਅਤੇ ਇਹੋ ਜਿਹਾ ਮਾਹੌਲ ਵੀ ਵੇਖਿਆ ਕਈ ਵਾਰੀ ਹਾਈ ਅਲਟੀਟਿਊਡ 'ਤੇ। ਫਿਲਹਾਲ ਆਪਾਂ ਠਾਣ ਨੂੰ ਵਗੀ ਜਾਂਦੇ ਹਾਂ। ਜਿਹੜਾ ਖੱਬੇ ਹੱਥ ਪਹਾੜ ਦਿਸ ਰਿਹਾ ਹੈ, ਅਤੇ ਪਹਿਲਾਂ ਧੁੱਪ ਪਈ ਜਾਂਦੀ ਸੀ, ਹੁਣ ਬੱਦਲ ਜੇ ਆ ਗਏ, ਇਹਦਾ ਰੰਗ ਰੂਪ ਸੋਹਣਾ ਹੈ, ਚਮਕਦਾਰ ਪਹਾੜ ਹੈ ਇਹਨਾਂ ਸਾਰੇ ਪਹਾੜਾਂ ਦੇ ਵਿੱਚੋਂ, ਹਰੇਕ ਦਾ ਰੰਗ ਢੰਗ ਇੱਥੇ ਵੱਖੋ ਵੱਖਰਾ ਹੀ ਦਿਸਦਾ। ਹੈਲੋ, ਸੜਕ ਦੇ ਕੰਢੇ ਕੰਮ ਕਰਦੇ ਲੋਕਾਂ ਨੂੰ ਇਸ ਗੱਲ ਦਾ ਵਧੀਆ ਜਿਹਾ ਹੁੰਦਾ ਵੀ ਕੋਈ ਮਿਲਦਾ ਇਹਨਾਂ ਨੂੰ, ਬੁਲਾਉਂਦਾ ਕੋਈ, ਖੁਸ਼ੀ ਹੁੰਦੀ ਹੈ। ਇਸ ਰਾਤ ਬਿਰਲਾ ਟਾਵਾਂ ਟੱਕਰ ਰਿਹਾ ਸਾਨੂੰ, ਕੋਈ ਬਿਰਲੇ ਟਾਵੇਂ ਵਹੀਕਲ ਟੱਪਦੇ ਆ ਇੱਥੇ। ਕੀ ਬਾਤ ਆ ਯਾਰ, ਆਹ ਪਹਾੜ ਪੱਕਾ ਨਾਲ ਹੀ ਡਲਿਆਂ ਵਾਲਾ ਕੋਲ ਪੱਥਰਾਂ ਵਾਲਾ ਪਹਾੜ ਹੈ। ਵੀਰ ਹੁਣੀ ਵਿਚਾਲੇ ਰੋਕੀ ਖੜ੍ਹੇ ਨੇ, ਸੂਤਾ ਬਈ ਹੱਥ ਚੱਕਦੇ ਆ ਬੰਦੇ, ਹੈ ਨਾ ਯਾਰ। ਉਹ ਸਾਹਮਣੇ ਦਾ ਪਹਾੜ ਬਹੁਤ ਸੋਹਣਾ ਇਹਨਾਂ ਦੇ ਵਿਚਕਾਰ ਦੀ ਦਿਸਦਾ। ਆਫ ਰੋਡਿੰਗ ਜੀ ਹੈਗੀ ਆ, ਡਲੀਆਂ ਜੀਆਂ, ਪਰ ਕਿਤੇ ਨਾ ਕਿਤੇ ਇੱਥੇ ਮਾੜਾ ਮੋਟਾ ਕੀਤਾ ਹੋਇਆ ਕੰਮ। ਵਾਹ ਬਈ ਵਾਹ, ਵਾਟ ਆ ਵਿਊ ਫਰੋਮ ਹੇਅਰ। ਜਿਵੇਂ ਲਾਮਾਯੂਰੂ ਤੋਂ ਆਪਾਂ ਖਲਸੀ ਵੱਲ ਨੂੰ ਜਾਂਦੇ ਹੁੰਦੇ ਤਾਂ ਇੱਕਦਮ ਵੈਲੀ ਬਹੁਤ ਭੀੜੀ ਹੋ ਜਾਂਦੀ ਆ, ਸਿਰਫ ਸੜਕ ਅਤੇ ਨਦੀ ਰਹਿ ਜਾਂਦੀ ਆ। ਇਹੋ ਜਿਹਾ ਮਾਹੌਲ ਇੱਥੇ ਦੇਖਣ ਨੂੰ ਮਿਲਦਾ, ਦੋਵੇਂ ਪਾਸੇ ਪਹਾੜ, ਨੇੜੇ ਨੇ ਇੱਥੇ ਜਗ੍ਹਾ ਵਾਕਈ ਸੋਹਣੀ ਆ, ਅਤੇ ਹਰੇਕ ਪਹਾੜ ਦਾ ਰੰਗ ਵੱਖਰਾ। ਥੋੜ੍ਹੇ ਥੋੜ੍ਹੇ ਸਮੇਂ ਬਾਅਦ ਇਹਨਾਂ ਦੇ ਰੰਗ ਆਪਸ 'ਚੋਂ ਨਹੀਂ ਰਲਦੇ, ਇਹ ਬਦਲਦੇ ਰਹਿੰਦੇ ਆ। ਇਹ ਚੀਜ਼ਾਂ ਸੋਹਣੀਆਂ ਨੇ। ਜੂਲੇ ਜੀ ਧੰਨਵਾਦ, ਜੀ ਧੰਨਵਾਦ, ਕਿਆ ਬਾਤ ਹੈ, ਰੋਟੀ ਖਾ ਕੇ ਜਾਓ ਕਹਿੰਦੇ। ਇਤਨੀ ਔਰ ਮੁਹੱਬਤੇ ਚਾਹੀਏ ਤੁਸੇ ਫਰਾਸ। ਜੂਲੇ ਵੀਰ ਜੂਲੇ, ਕਿਆ ਬਾਤ ਆ ਯਾਰ, ਲੱਖ ਅਗਾਸਾ ਅਗਾਸ, ਲੱਖ ਪਤਾਲਾ ਪਤਾਲ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਬਾਤ, ਸਹਿਸ ਅਠਾਰੇ ਕਹਿਣ ਕਤੇਬਾ, ਅਸਲੋ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਵਿਨਾਸ, ਨਾਨਕ ਵੱਡਾ ਆਖੀਐ ਆਪੈ ਜਾਣੇ ਆਪ। ਇੱਥੇ ਆ ਕੇ ਬਾਈ ਸਿਆਂ ਰਾਹ ਪਾੜ ਗਏ, ਲਿਖਿਆ ਕਿ ਐਡਮਿਨਿਸਟ੍ਰੇਸ਼ਨ ਆਫ ਯੂਨੀਅਨ ਟੈਰੀਟਰੀ ਆਫ ਲੱਦਾਖ ਆਟੋਨੋਮਸ ਹਿੱਲ ਡਿਵੈਲਪਮੈਂਟ ਕੌਂਸਲ, ਲਿੰਕ ਰੋਡ ਫਰਾਮ ਦਿਮ ਦਿਮ ਚਾਂਗ ਟੂ ਸੰਦੋ ਬਨਲਾ, ਅਤੇ ਛਾਵਾਂ ਕਿੰਨਾ ਕੀਤੀਆਂ ਸਾਡੀ ਮੌਤ ਵਾਸਤੇ, ਦੁਆਵਾਂ ਕਿੰਨਾ ਕੀਤੀਆਂ। ਪਾਣੀਆਂ ਦੇ ਨਾਲ ਵਗਦੇ ਵਗਦੇ ਸੜਕਾਂ 'ਤੇ ਚੱਲਦੇ ਆਪਾਂ ਸੜਕ ਦੇ ਉੱਤੇ ਚੜ੍ਹ ਗਏ। ਆਫ ਰੋਡਿੰਗ ਮੈਨੂੰ ਲੱਗਦਾ ਇੱਥੋਂ ਖਤਮ ਹੋ ਗਈ, ਲੇਹ ਇੱਧਰਲੇ ਪਾਸੇ ਅਤੇ ਮਨਾਲੀ ਉੱਧਰਲੇ ਪਾਸੇ ਆ, ਸਹੀ ਆ ਗੱਲ। ਲਓ ਜੀ ਹੁਣ ਮੋਟਰਸਾਈਕਲ ਵੱਡੇ ਗੇਅਰ ਫੜਨਗੇ, ਰੇਸਾਂ ਫੜਨਗੇ। ਪਹਿਲਾਂ ਆਫ ਰੋਡਿੰਗ ਦੀ ਸਪੀਡ 30 ਦੀ ਮਸਾਂ ਰਹਿੰਦੀ ਆ, ਕਿਉਂਕਿ ਡਲਾ ਡੱਪਾ ਵਾਹਵਾ ਕੁਛ ਹੁੰਦਾ ਸੜਕ 'ਤੇ, ਪਰ ਬੰਦੇ ਨੂੰ ਬਚ ਕੇ ਚੱਲਣ ਦੀ ਲੋੜ ਹੁੰਦੀ ਆ। ਕਿਹੜੇ ਮਿਹਰਬਾਨਾਂ ਦੇ ਦਿਲਾਂ ਸਿਆਣੇ ਮਾਰਿਆ, ਸਿਆਣੇ ਮਾਰਿਆ ਸਾਡੀ ਪਿੱਛੇ ਦੁਆ।
ਜਿਹੜੇ ਸਾਡੇ ਖਲੋਏ ਸਨ ਯਾਰ। ਇਹਨਾਂ ਖੁਸ਼ਕ ਪਹਾੜਾਂ ਦੇ ਵਿੱਚ ਕਾਲੀ ਵਲ ਵਾਂਗੂ ਖਾਂਦੀ ਸੱਪ ਵਾਂਗੂ ਵਲ ਕਾਲ ਕਾਲੀ ਉਲਝ ਗਿਆ ਕੰਮ ਇਹ ਸੱਪ ਵਾਂਗੂ ਵਲ ਖਾਂਦੀ ਜਾਂਦੀ ਕਾਲੀ ਸੜਕ ਦੇ ਉੱਤੇ ਆਪਾਂ ਸਫ਼ਰ ਕਰਦੇ ਕਰਦੇ ਪਿੰਡ ਫੰਜੀਲਾ ਦੇ ਵਿੱਚ ਪਹੁੰਚ ਗਏ। ਫੰਜੀਲਾ ਫੱਫੇ ਟਿੱਪੀ ਜੱਜੇ ਬਿਹਾਰੀ ਅਤੇ ਲੱਲੇ ਕੰਨਾ ਇੱਥੇ ਆ ਕੇ ਮੋਟਰਸਾਈਕਲ ਪੰਜਵਾਂ ਗੇਅਰ ਲੈ ਲੈਂਦਾ ਇਹਨਾਂ ਸੜਕਾਂ 'ਤੇ ਆ ਕੇ ਅਤੇ ਹਨੂ ਪੱਤਾ ਫਤੋਕਸਰ ਤੋਂ 43 ਕਿਲੋਮੀਟਰ ਦੂਰ ਆ ਗਏ ਅਤੇ ਨਰਾਗ ਤੋਂ 94 ਕਿਲੋਮੀਟਰ ਦੂਰ ਆ ਗਏ ਆਪਾਂ। ਅਤੇ ਇਹ ਪਿੰਡ ਦੇ ਵਿੱਚ ਕਿਤੇ ਨਾ ਕਿਤੇ ਹੁਣ ਹਰਿਆਲੀ ਵੀ ਦਿੰਦੀ ਆ ਅਤੇ ਆਵਾਜਾਈ ਨਾ ਦੇ ਬਰਾਬਰ ਬਿਲਕੁਲ ਨਾ ਦੇ ਬਰਾਬਰ ਅਤੇ ਇੱਥੇ ਹੋਮ ਸਟੇ ਮਨੈਸਟਰੀ ਸਾਰਾ ਕੁਛ ਪਿੰਡ ਦੇ ਵਿੱਚ ਬਣਿਆ ਹੋਇਆ। ਫਿਲਹਾਲ ਆਪਾਂ ਵਾਟ ਵੱਢਾਂਗੇ ਅਤੇ ਲਾਮਾ ਯੂਰੋ ਦੇ ਖਲਸੀ ਦੇ ਵਿਚਕਾਰ ਜਾ ਕੇ ਨੈਸ਼ਨਲ ਹਾਈਵੇ 1 'ਤੇ ਜਾ ਕੇ ਆਪਾਂ ਨਿਕਲਾਂਗੇ ਰੈਸਟੋਰੈਂਟ ਹੋਮ ਸਟੇ। ਹਾਂ ਆ ਗਿਆ ਜੀ ਫੰਗੀਲਾ। ਹੁਣ ਆਪਾਂ ਪਿੰਡ ਬਾਂਗਲਾ ਲੰਘ ਕੇ ਖੜ੍ਹੇ ਹਾਂ ਪਿੰਡ ਬਾਂਗਲਾ ਲੰਘ ਕੇ ਅਤੇ ਇੱਥੋਂ 5 ਕਿਲੋਮੀਟਰ ਉਹ ਸੜਕ ਆ ਜਾਣੀ ਹੈ ਜਿਹੜੀ ਸ਼੍ਰੀਨਗਰ ਲੇਹ ਹਾਈਵੇ ਆ NH1 ਆ ਅਤੇ ਲਾਮਾ ਯੂਰੂ ਦੇ ਖਲਸੀ ਦੇ ਵਿਚਕਾਰ ਜਾ ਕੇ ਆਪਾਂ ਨਿਕਲਾਂਗੇ। ਜਿਹੜਾ ਦਰਾ ਲੰਘੇ ਸੀ ਸਿਰਸਰਲਾ ਆਹ ਪਾਣੀ ਦਰਿਆ ਸਿਰ ਉੱਥੋਂ ਸਿਰਸਰਲਾ ਵੱਲੋਂ ਆ ਰਿਹਾ ਸੜਕ ਦੇ ਨਾਲ ਨਾਲ ਵਗਦਾ ਆਉਂਦਾ ਅਤੇ ਗਾਂਹ ਜਾ ਕੇ ਇਹਨੇ ਦਰਿਆ ਸਿੰਧ ਦੇ ਵਿੱਚ ਰਲ ਜਾਣਾ ਅਤੇ ਐਵੇਂ ਦਰਿਆਵਾਂ ਦੇ ਵਹਿਣ ਪਾਣੀਆਂ ਦੇ ਵਹਿਣ ਚੱਲੀ ਜਾਂਦੇ ਅਤੇ ਨਾਲ ਨਾਲ ਸੜਕਾਂ ਅਤੇ ਨਾਲ ਨਾਲ ਸੜਕਾਂ 'ਤੇ ਆਪਾਂ ਸਫ਼ਰ ਕਰੀ ਜਾਂਦੇ ਹਾਂ। ਅੱਜ ਆਪਾਂ ਲੇਹ ਪਹੁੰਚਦੇ ਹੋ ਜਾਵਾਂਗੇ ਉਦੋਂ ਗਾ NH1 ਹੋਰ ਵੀ ਸਾਫ਼ ਆ ਸੜਕ ਆ ਵੀ ਵਧੀਆ ਸੀ ਇੱਥੇ ਅਸੀਂ ਥੋੜ੍ਹਾ ਜਿਹਾ ਦਬਲਿਆ ਅੱਜ 50-50 ਦੀ ਸਪੀਡ 'ਤੇ ਮੋਟਰਸਾਈਕਲ ਨੂੰ ਸੀਗਾ ਇਹ ਵਧੀਆ ਨਿੱਕੇ ਮੋਟੇ ਮੋੜ ਘੋੜ ਸੀ ਅਤੇ ਕਈ ਇਹਤੇ ਪਿੰਡ ਸੀ। ਚੱਲਦੇ ਹਾਂ ਹੁਣ ਆਪਾਂ ਗਾਂਹ ਨੂੰ ਅਗਲੇ ਜਗ੍ਹਾ ਦਾ ਨਾਮ ਆ ਪਿੰਡ ਲਾਂਗੜੂ। ਅਸੀਂ ਬੇਸ਼ੱਕ ਇਸ ਆਹ ਸਫ਼ਰ ਮੋਟਰਸਾਈਕਲ 'ਤੇ ਕੀਤਾ ਪਰ ਬਹੁਤ ਠਰੰਮੇ ਨਾਲ ਕੀਤਾ ਇਸ ਗੱਲ ਦਾ ਵਧੀਆ ਨਜ਼ਾਰਾ ਆਇਆ ਹੌਲੀ ਹੌਲੀ ਸਫ਼ਰ ਕਰਨ ਦਾ। ਅਤੇ ਜੇ ਆਪਾਂ ਇਹ ਜਾਂਸਕਰ ਵੈਲੀ ਨੂੰ ਦੇਖਣਾ ਵੀ ਸੀ ਤਾਂ ਫਿਰ ਅਸੀਂ ਦੇਖਣ ਦਾ ਸਵਾਦ ਆਉਣਾ ਸੀ ਅਤੇ ਆਪਾਂ ਜਾਂਸਕਰ ਵੈਲੀ 'ਚੋਂ ਜ਼ਿਲ੍ਹੇ ਕਾਰਗਿਲ 'ਚੋਂ ਨਿਕਲ ਚੁੱਕੇ ਹਾਂ ਹੁਣ ਆਪਾਂ ਜ਼ਿਲ੍ਹੇ ਲੇਹ ਦੇ ਵਿੱਚ ਦਾਖਲ ਹਾਂ ਲੇਹ ਜ਼ਿਲ੍ਹੇ ਦੇ ਵਿੱਚ ਆਪਾਂ ਹੁਣ ਸਫ਼ਰ ਕਰੀ ਜਾਂਦੇ ਹਾਂ। ਅਤੇ 1 ਮਿੰਟ ਅਤੇ ਆਹ ਲਿਖਿਆ ਹੋਇਆ ਇਫ ਮੈਰਿਡ ਡਿਵੋਰਸ ਸਪੀਡ ਕਹਿੰਦੇ ਜੇ ਤੁਸੀਂ ਵਿਆਹੇ ਹੋ ਜਵਾਕਾਂ ਚੱਲਿਆ ਆਉਣੇ ਹੋ ਤਾਂ ਬਾਹਲਾ ਤੇਜ਼ ਨਾ ਜਾਇਓ ਕਰੋ ਘਰ ਤੁਹਾਡੀ ਕੋਈ ਉਡੀਕ ਕਰਦਾ। ਹਜੇ ਥੋੜ੍ਹਾ ਜਿਹਾ ਸੋਹਣੇ ਤਰੀਕੇ ਨਾਲ ਲਿਖਿਆ ਇਹਨਾਂ ਨੇ ਸਮਝਣ ਵਾਲੀ ਗੱਲ ਆ ਇਹ ਕਿ ਨਹੀਂ ਕਾਲਿਆ ਉਹ ਕਾਲਿਆ। ਖਲਸੀ 6 ਕਿਲੋਮੀਟਰ ਲੇਹ 100 ਕਿਲੋਮੀਟਰ ਰਹਿ ਜਾਂਦਾ ਇੱਥੋਂ।
ਹੁਣ ਅੱਗੇ ਦਰਿਆ ਸਿੰਧ ਆ ਜਾਣਾ, ਹੁਣ ਇੱਦੋਂ ਅੱਗੇ ਦਰਿਆ ਸਿੰਧ ਆ ਜੂਗਾ। ਪੈਂਗੋਂਗ ਲੇਕ 253 ਕਿਲੋਮੀਟਰ ਇੱਥੋਂ, ਕਿਆ ਬਾਤ ਆ ਯਾਰ। ਕਈ ਦਿਨਾਂ ਬਾਅਦ ਆਪਾਂ ਗਰਾਊਂਡ 'ਚ ਮੁੜੇ ਹਾਂ ਅਤੇ ਖਲਸੀ ਦੇ ਵੇਚ ਦੀ ਲੰਘੀ ਜਾਂਦੇ ਹਾਂ। ਖਲਸੀ ਕੀ ਢਾਬਿਆਂ ਵਾਲੇ ਬੋਰਡ ਮਾਰੀ ਜਾਂਦੇ ਆ, ਇਹ ਆ ਜੀ ਖਲਸੀ ਦਾ ਬਾਜ਼ਾਰ। ਅਤੇ 2 ਕਿਲੋਮੀਟਰ ਜਾ ਕੇ ਅੱਗੇ ਦਾ ਪੈਟਰੋਲ ਪੰਪ ਆ ਖਲਸੀ ਦਾ। ਲੱਦਾਖ ਦੇ ਜਿਹੜੇ ਪਾਸੇ 'ਚ ਆਪਾਂ ਇਸ ਵੇਲੇ ਹੁਣ ਸਫ਼ਰ ਕਰੀ ਜਾਂਦੇ ਹਾਂ, ਇਹ ਪੋਲਿਸ਼ ਜਾਂ ਕੀਤਾ ਹੋਇਆ ਇਲਾਕਾ ਕਹਿ ਸਕਦੇ ਹਾਂ, ਵੀ ਇੱਥੇ ਸਾਰਾ ਕੁਛ ਸੱਜੇ ਢੰਗ ਨਾਲ, ਸੜਕਾਂ ਬਹੁਤ ਬਣੀਆਂ ਹੋਈਆਂ ਨੇ, ਟ੍ਰੈਫਿਕ ਮਿਲਦਾ, ਸ਼ਹਿਰ, ਰੈਸਟੋਰੈਂਟ, ਕੈਫੇ, ਸਾਰਾ ਕੁਛ ਆ। ਪਰ ਅਸਲ ਨਜ਼ਾਰਾ ਉੱਧਰ ਆ ਜਾਂਸਕਰ ਵੈਲੀ 'ਚ, ਜਿੱਥੇ ਕੁਛ ਨਹੀਂ ਮਿਲਦਾ, ਬੰਦੇ ਨੂੰ ਆਪੇ 'ਚ ਗਾੜ ਜਾ ਕਰਨਾ ਪੈਂਦਾ ਖਾਣ ਪੀਣ ਬਹਿਣ ਉੱਠਣ ਦਾ। ਜਿਵੇਂ ਇੱਥੇ ਆ ਗੁੰਪੇ ਬਣੇ ਹੋਏ ਨੇ, ਮਗਰ ਇਹ ਬਹੁਤ ਸੋਹਣੇ ਬਣੇ ਹੋਏ ਨੇ, ਢੰਗ ਨਾਲ ਰੰਗ ਰੁੰਗ ਕੀਤੇ ਹੋਏ ਆ। ਮੇਨ ਰੋਡ 'ਤੇ ਸਾਰੇ ਕਿਤੇ ਐਵੇਂ ਦਿਸਦੇ ਆ, ਉੱਧਰ ਸਾਰੇ ਇਹ ਗੁੰਪੇ ਢੇਟ ਹੋਏ ਹੋਏ ਸੀਗੇ। ਇਸ ਵੇਲੇ ਆਪਾਂ ਸਸਪੋਲ ਅਤੇ ਬਾਸਗੋ ਦੇ ਵਿਚਕਾਰ ਖੜ੍ਹੇ ਹਾਂ। ਇੱਦੂ ਗਾਂਹ ਜਾ ਕੇ ਜਿਵੇਂ ਉੱਧਰ ਟਰੱਕ ਚੜ੍ਹੀ ਜਾਂਦਾ, ਗਾਂਹ ਇੱਕ ਬਹੁਤ ਸਿੱਧੀ ਸੜਕ ਆ ਜਾਣੀ ਆ, ਜਿਹਦੇ ਦੋਵੇਂ ਪਾਸੇ ਖੁੱਲ੍ਹਾ ਜਿਹਾ ਮੈਦਾਨ ਹੋਊਗਾ। ਅਤੇ ਇਹ ਇਲਾਕੇ 'ਚ ਪਹਿਲੀ ਵਾਰੀ, ਤੀਜੀ ਵਾਰੀ ਆਏ ਹਾਂ, ਤਾਂ ਕਰਕੇ ਰਾਹਾਂ ਦੇ ਥਾਵਾਂ ਦੇ ਵਾਹਵਾ ਭੇਤ ਜਿਹਾ ਆਇਆ ਵਾ ਸਾਨੂੰ। ਆਪਾਂ ਹੌਲੀ ਹੌਲੀ ਹੁਣ ਗਾਂਹ ਨੂੰ ਵੱਧਦੇ ਹਾਂ। ਨਿੰਮੂ ਲੰਘ ਕੇ ਇੱਕ ਸੰਗਮ ਨਾਂ ਦੀ ਜਗ੍ਹਾ ਆਉਂਦੀ ਆ। ਸੰਗਮ ਨਾਂ ਦੀ ਜਗ੍ਹਾ ਵੀ ਕਾਹਦੀ ਆ, ਸੰਗਮ ਦੋ ਦਰਿਆਵਾਂ ਦਾ ਮੇਲ ਆ, ਜਿੱਥੇ ਦੋ ਮਿਲਦੇ ਨੇ। ਮਿਲਦੇ ਕਿਹੜੇ ਆ? ਦਰਿਆ ਸਿੰਧ ਅਤੇ ਦਰਿਆ ਜਾਂਸਕਰ। ਥੋੜ੍ਹਾ ਜਿਹਾ ਉੱਚੇ ਜਾ ਕੇ ਆਪਾਂ ਚੰਗੀ ਤਰ੍ਹਾਂ ਦੇਖਦੇ ਹਾਂ ਜਗ੍ਹਾ ਨੂੰ। ਹਿੰਦੀ ਦਾ ਇੱਕ ਸ਼ੇਰ ਆ ਕਿ ਬੜੇ ਲੋਕੋਂ ਕੋ ਮਿਲਨੇ ਮੇਂ ਹਮੇਸ਼ਾ ਫਾਸਲਾ ਰੱਖਣਾ, ਸਮੁੰਦਰ ਕੇ ਘਰ ਜਾ ਕਰ ਦਰਿਆ ਨਹੀਂ ਰਹਿੰਦਾ। ਹਵਾ ਬਹੁਤ ਤੇਜ਼ ਵਗੀ ਜਾਂਦੀ ਹੈ। ਸਾਹਮਣੇ ਆਪਣੇ ਇਸ ਵੇਲੇ ਸਕਰੀਨ 'ਤੇ ਦੋ ਦਰਿਆ ਨੇ, ਦਰਿਆ ਜਾਂਸਕਰ ਅਤੇ ਦਰਿਆ ਸਿੰਧ। ਇੱਥੇ ਦੋਵੇਂ ਦਰਿਆਵਾਂ ਦਾ ਮੇਲ ਹੁੰਦਾ, ਇੱਧਰੋਂ ਦਰਿਆ ਜਾਂਸਕਰ ਆਈ ਜਾਂਦਾ ਅਤੇ ਇੱਧਰੋਂ ਦਰਿਆ ਸਿੰਧ ਆਈ ਜਾਂਦਾ। ਆਪਾਂ ਪਿਛਲੇ ਦਿਨਾਂ 'ਚ ਜਾਂਸਕਰ ਵੈਲੀ 'ਚ ਜਿੰਨਾ ਵੀ ਸਫ਼ਰ ਕੀਤਾ, ਉਹਦੇ 'ਚ ਦਰਿਆ ਖਰਗਿਆਕ, ਸਾਰਪ ਸਾਰੇ ਜਾਂਸਕਰ ਨਾਲ ਮਿਲਦੇ ਸੀ, ਅਤੇ ਜਾਂਸਕਰ ਇੱਥੇ ਆ ਕੇ ਸਿੰਧ ਨਾਲ ਰਲ ਜਾਂਦਾ, ਜਾਂਸਕਰ ਦੀ ਹੋਂਦ ਖਤਮ ਅਤੇ ਸਿੰਧ, ਉਹਦਾ ਨਾਮ ਸਿੰਧ ਹੀ ਬਣ ਜਾਂਦਾ। ਹਾਲਾਂਕਿ ਸਿੰਧ ਦਾ ਜਾਂਸਕਰ ਦਾ ਪਾਣੀ ਵੱਧ ਆਪਾਂ ਦੇਖੀ ਜਾਂਦੇ ਹਾਂ, ਪਰ ਫਿਰ ਵੀ ਇਹ ਹੁਣ ਸਿੰਧ ਦਰਿਆ ਦੀ ਇੰਡਸ ਰਿਵਰ ਦੀ ਟ੍ਰਿਬਿਊਟਰੀ ਬਣ ਜਾਂਦੀ ਹੈ। ਇਹ ਚਾਹਟ ਕੀ ਕਹਿੰਦੇ ਹੁੰਦੇ ਆ, ਰਾਫਟਿੰਗ ਰੂਫਟਿੰਗ ਅਤੇ ਇਹੋ ਜਿਹਾ ਕੁਛ ਵੀ ਕਰਾਉਂਦੇ ਨੇ। ਅਤੇ ਜਿਹੜੀ ਸਾਹਮਣੇ ਫਰੇਮ ਦੇ ਵਿੱਚ ਉਹ ਸੜਕ ਦਿਸਦੀ ਹੈ, ਇਹ ਆਹ ਸੜਕ ਦੀ ਗੱਲ ਕਰਦੇ ਹਾਂ ਆਪਾਂ। ਇਹ ਸੜਕ ਉਹ ਆ ਜਿਹੜੀ ਪਦਮਬਲ ਨਵਾਂ ਰਾਹ ਕੱਢਿਆ ਪਿੱਛੇ, ਜਿਹਨੂੰ ਅਨਾਊਂਸ ਕੀਤਾ ਥੋੜ੍ਹੇ ਦਿਨ ਪਹਿਲਾਂ, ਪਰ ਇਹਨੂੰ ਅਫੀਸ਼ੀਅਲੀ ਹਜੇ ਲੋਕਾਂ ਵਾਸਤੇ ਨਹੀਂ ਖੋਲ੍ਹਿਆ, ਕੋਈ ਖਾਸ ਮਨਜ਼ੂਰੀ ਵਾਲਾ ਬੰਦਾ ਜਾ ਸਕਦਾ। ਇਹਦੇ ਰਾਹੀਂ ਜੇ ਪਦਮ ਜਾਂਦੇ ਹਾਂ ਤਾਂ ਆਪਾਂ ਨੂੰ ਕੋਈ ਵੀ ਦਰਾ ਲੰਘਣਾ ਨਹੀਂ ਪੈਂਦਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨ ਛੋਹ ਪ੍ਰਾਪਤ ਧਰਤੀ ਪੱਥਰ ਸਾਹਿਬ, ਅਤੇ ਐਲਟੀਟਿਊਡ ਹੈਗਾ ਜੀ 11,000 ਅਤੇ 500
33 ਫੁੱਟ ਲੇਹ ਇੱਥੋਂ 25 ਕਿਲੋਮੀਟਰ ਦੂਰ ਆ ਨੈਸ਼ਨਲ ਹਾਈਵੇ 1 ਦੇ ਉੱਤੇ। ਜੂਨ ਦੀਆਂ ਛੁੱਟੀਆਂ ਵੇਲੇ ਇੱਥੇ ਬਹੁਤ ਸੰਗਤ ਹੁੰਦੀ ਆ। ਹੁਣ ਇੱਥੇ ਚੱਲਦੇ ਹਾਂ ਅੰਦਰ, ਦਰਸ਼ਨ ਮੇਲੇ ਕਰਦੇ ਹਾਂ ਗੁਰਦੁਆਰਾ ਪੱਥਰ ਸਾਹਿਬ, ਕੰਸਟਰਕਟਡ ਐਂਡ ਮੈਨੇਜਡ ਬਾਈ ਇੰਡੀਅਨ ਆਰਮੀ, ਗੁਰਦੁਆਰਾ ਸ਼੍ਰੀ ਪੱਥਰ ਸਾਹਿਬ। ਆਹ ਗੇਟ ਨਵਾਂ ਬਣਾਤਾ। ਗੁਰਦੁਆਰਾ ਸ਼੍ਰੀ ਪੱਥਰ ਸਾਹਿਬ ਦਰਸ਼ਨ ਮੇਲੇ ਕੀਤੇ ਆ। ਥੋੜ੍ਹੀਆਂ ਇਹ 'ਚ ਬਦਲਾਓ ਕਰਦੇ ਰਹਿੰਦੇ ਆ। 2 ਸਾਲ ਆਏ ਸੀ, ਉਹ ਤੋਂ ਪਰਾਰ ਵੀ ਆਏ ਸੀ ਅਸੀਂ ਅਤੇ ਇੱਥੇ ਵਾਹਵਾ ਕੁਛ, ਜਿਵੇਂ ਆਹ ਇੱਧਰ ਜੋੜਾ ਘਰ ਬਣਿਆ, ਆਹ ਬਣਿਆ, ਦੇਖੋ ਇੱਕ ਦੋ ਦੁਕਾਨਾਂ ਬਣੀਆਂ, ਰਿਸੈਪਸ਼ਨ ਬਣੀਆਂ, ਇਹ ਚੀਜ਼ਾਂ ਇੱਥੇ ਨਵੀਆਂ ਬਣੀਆਂ ਨੇ ਅਤੇ ਇਹਨਾਂ ਦੇ ਦਰਮਿਆਨ ਹੀ ਆਪਣੇ ਵੀਰ ਮਿਲੇ ਆ। ਇਹ ਸਾਰੇ ਬਾਈ ਪੰਜਾਬ ਤੋਂ ਆ। ਬਾਈ ਦਾ ਨਾਮ ਬੜਾ ਸੋਹਣਾ, ਬਘੇਲ ਸਿੰਘ, ਜ਼ਿਲ੍ਹਾ ਗੁਰਦਾਸਪੁਰ। ਇਹ ਮਿੱਤਰ ਮੇਰਾ ਮੂੰਹ ਮਾਸਕ ਢੱਕਿਆ ਹੋਇਆ ਸੀ, ਇਹਨਾਂ ਨੇ ਤਾਂ ਵੀ ਪਛਾਣਿਆ ਵੀਰ ਹੋਣਾਂ ਨੇ। ਹਾਂ ਮੜੰਗਾ ਬਾਈ, ਆਪਾਂ ਅੱਖਾਂ ਉੱਖਾਂ ਪਛਾਣ ਲੈਂਦਾ ਬੰਦਾ। ਇਹ ਪਹਿਲੀ ਵਾਰ ਲੈ ਆਏ ਆ ਵੀਰ ਇਹਨਾਂ 'ਚ ਬਹੁਤੇ, ਤਾਂ ਕਰਕੇ ਥੋੜ੍ਹੇ ਉਲਟੀਆਂ ਉਲਟੀਆਂ ਕਰਦੇ ਆਏ ਅਤੇ ਤੰਗ ਫੰਗ ਵੀ ਹੁੰਦੇ ਆਏ। ਚਲੋ ਕੋਈ ਨਾ ਬਾਈ, ਤੁਸੀਂ ਲੈ ਜਾਓਗੇ ਉੱਥੇ ਰੌਣਕ ਹੈਗੀ ਆ, ਥੋੜ੍ਹਾ ਜੀ ਲੱਗੂਗਾ। ਠੀਕ ਆ ਬਘੇਲ ਵੀਰ, ਧੰਨਵਾਦ। ਚੰਗਾ ਬਾਈ ਜੀ, ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ। ਓਕੇ, ਹਾਂ ਚੜ੍ਹਦੀ ਕਲਾ ਜੀ। ਡੋਂਟ ਬੀ ਗਾਮਾ ਇਨ ਦਾ ਲੈਂਡ ਆਫ ਲਾਮਾ। ਸਾਹਮਣੇ ਆਪਾਂ ਨੂੰ ਦਿਸ ਰਿਹਾ 6 ਸ਼ਹਿਰ, ਲੇਹ ਪਰਲੇ ਪਾਸੇ ਪਹਾੜ, ਏਅਰਪੋਰਟ, ਛਾਉਣੀਆਂ, ਸਾਰਾ ਕੁਛ ਇਹ ਸ਼ਹਿਰ ਦੇ ਵਿੱਚ ਮਿਲਣਾ। ਲੇਹ 'ਚ ਵੜਦਿਆਂ ਲਿਖਿਆ ਵੈਲਕਮ ਟੂ ਲੇਹ ਯੂਟੀ ਲੱਦਾਖ ਅਤੇ ਕੀਪ ਲੇਹ ਕਲੀਨ, ਪਰ ਬੋਰਡ ਆਪ ਵਿਚਾਰਾ ਥੋੜ੍ਹਾ ਜਿਹਾ ਗੰਦਾ ਹੋਇਆ ਪਿਆ। ਪਹੁੰਚਦੇ ਆਪਾਂ 16 ਕਿਲੋਮੀਟਰ ਆ ਲੇਹ। ਲੇਹ ਦੇ ਵਿੱਚ ਪਹੁੰਚ ਕੇ ਆਪਾਂ ਸਾਹਮਣੇ ਹੋਟਲ ਦੇ ਵਿੱਚ ਚੱਲੇ ਹਾਂ, ਹੋਟਲ ਰੈਡੀਸਨ, ਹੋਟਲ ਰੈਡੀਸਨ ਲੱਦਾਖ। ਅੱਜ ਆਪਾਂ ਇਹ 'ਚ ਟਿਕਾਣਾ ਕਰਨਾ ਹੈ। 1800 ਰੁਪਏ 'ਚ ਗੱਲਬਾਤ ਕੀਤੀ ਹੈ ਰੋਟੀ ਪਾਣੀ ਅਤੇ ਰਹਿਣ ਬਹਿਣ ਦਾ। ਇਹ ਝਾਕਦਾ ਬਿਰਲਾ ਬੇਚ ਦੀ ਬੰਦਾ, ਇੱਕ ਸ਼ਿਕਾਰੀ ਵੀ ਰੱਖੀ ਬੈਠੇ ਹੈ। ਲੇਹ 'ਚ ਵੜਨ ਸਾਰ ਜਦੋਂ ਆਪਾਂ ਖੱਬੇ ਹੱਥ ਮੁੜ ਕੇ ਆਉਂਦੇ ਹਾਂ ਨਾ, ਤਾਂ ਗਾਹਾਂ ਆ ਕੇ ਸਸਤੇ ਕਮਰੇ ਮਿਲ ਜਾਂਦੇ ਆ ਬਾਹਰ ਬਾਹਰ ਜੀ, ਬਾਜ਼ਾਰ ਤੋਂ ਦੂਰ। ਕਮਰੇ ਵੀ ਸੋਹਣੇ ਹੁੰਦੇ ਅਤੇ ਹੁੰਦੇ ਵੀ ਭਾ ਸਿਰਾ, ਹੁਣ ਸੀਜ਼ਨ ਨਹੀਂ ਹੈਗਾ ਤਾਂ ਕਰਕੇ ਪਰਤੇ 'ਚ ਮਿਲ ਗਿਆ ਕੰਮ। ਵਾਹ ਬਾਈ, ਫੁੱਲ ਮੱਥੇ ਲੱਗਦੇ ਆ ਹੈਂ। ਇੱਧਰ ਕੁਰਸੀਆਂ ਡਾਹੀਆਂ, ਪਿਛਲੇ ਪਾਸੇ ਗਾਰਡਨ ਹੈ,
ਰੁਪਈਆ ਆਪਾਂ ਦਿੱਤਾ ਇਹਨਾਂ ਨੂੰ 1800 ਰੁਪਏ 'ਚ ਦੋ ਜਣੇ ਕਮਰੇ 'ਚ ਰਹਿਣਗੇ, ਰਾਤ ਦੀ ਰੋਟੀ ਅਤੇ ਤੜਕੇ ਦਾ ਚਾਹ ਪਾਣੀ, ਇਹ ਸਾਰਾ ਕੁਛ ਵਿੱਚ 1800 ਰੁਪਏ ਦੇ ਵਿੱਚ ਹੈ। ਜਿਹੜੇ ਫੁੱਲ ਫਲ ਨਾਲ ਆਪਣੇ ਮੱਥੇ ਲੱਗਣਗੇ ਇਹ ਮੁਨਾਫੇ ਦੇ ਹੈ। ਗੁਲਾਬ ਕੇ ਘਰਾਂ 'ਚੋਂ ਪੈਂਦਾ ਇਹ, ਗੁਲਾਬੀ ਜ਼ਿਆਦਾ ਹੋ ਗਿਆ, ਉਹ ਲਾਲ ਹੁੰਦਾ ਆਪਣੇ ਵਾਲਾ। ਚੱਲ ਕੋਈ ਨਾ, ਆਹ ਕਮਰਾ ਬਾਈ, ਕਮਰਾ ਬਾਕੀ ਬੜਾ ਸ਼ਾਨਦਾਰ ਆ। ਆ ਸੀ ਸਮਾਂ ਹੱਥਣ ਦਾ 7:45 ਦਾ ਹੋ ਗਿਆ ਅਤੇ ਚਾਨਣ ਹਜੇ ਹੈਗਾ। ਨਹਾ ਨਹੂ ਕੇ ਮੁੰਡੇ ਮਾੜਾ ਮੋਟਾ ਸਿਰ ਪੈਰ ਹੋ ਗਿਆ ਸੂਤ, ਬੁੱਲ ਪਾਟੇ ਹੋਏ ਨੇ, ਮਾੜੀ ਮੋਟੀ ਮਲਮ ਕਰੀਮ ਲੈ ਕੇ ਆਉਣੇ ਬਾਜ਼ਾਰ ਵੱਲੋਂ, ਅਤੇ ਆਪਾਂ ਬਾਜ਼ਾਰ ਚੱਲ ਕੇ ਆਉਂਦੇ ਹਾਂ। ਲੇਹ ਦੀ ਮਾਲ ਰੋਡ ਆ ਜਿਹੜੀ ਉਹ ਮਸ਼ਹੂਰ ਆ ਅਤੇ ਰੌਣਕ ਵਾਲੀ ਜਗ੍ਹਾ ਇਹ। ਇੰਨੇ ਦਿਨਾਂ ਦੇ ਆਪਾਂ ਫਿਰਦੇ ਸੀਗੇ ਦੂਜੇ ਥਾਵਾਂ 'ਤੇ ਜਿੱਥੇ ਕੋਈ ਵੀ ਜੀਆ ਜੰਤ ਨਹੀਂ ਟੱਕਰਦਾ, ਅੱਜ ਥੋੜ੍ਹਾ ਘਣਾ ਰੌਣਕ ਵਾਲਾ ਮੇਲਾ ਆਪਾਂ ਦੇਖਦੇ ਹਾਂ। ਅਤੇ ਆਹ ਆਪਾਂ ਨੂੰ ਸਾਰਾ ਜਿਹੜਾ ਸਮਾਨ ਦੀਂਹਦਾ ਪਿੱਛੇ ਲੱਦਾਖ ਲੇਹ ਦੇ ਵਿੱਚ ਫਿਰਦੇ ਹਾਂ ਆਪਾਂ। ਲੱਦਾਖ ਦੇ ਦੋ ਜ਼ਿਲ੍ਹੇ ਨੇ, ਕਾਰਗਿਲ ਅਤੇ ਲੇਹ, ਅਤੇ ਦੇਸ਼ ਦਾ ਦੂਜਾ ਵੱਡਾ ਜ਼ਿਲ੍ਹਾ ਹੈ ਲੇਹ, ਸਭ ਤੋਂ ਵੱਡਾ ਜ਼ਿਲ੍ਹਾ ਗੁਜਰਾਤ ਦਾ ਕੱਛ। ਅਤੇ ਆਪਾਂ ਲੇਹ ਦੀਆਂ ਗਲੀਆਂ ਦੇ ਵਿੱਚ ਗੇੜੇ ਦੇ ਰਹੇ ਹਾਂ। ਉਹ ਵੀਰ ਨੇ ਦੱਸਿਆ ਕਹਿੰਦਾ ਤੁਸੀਂ ਇੱਧਰ ਦੀ ਜਾਓ, ਹੋਟਲ ਵਾਲਾ ਕਹਿੰਦਾ ਥੱਲੇ ਤੁਸੀਂ ਬਾਜ਼ਾਰ ਵੱਲ ਪਹੁੰਚ ਜਾਓਗੇ, ਅਤੇ ਆਹ ਡਾਂਡੇ ਮਿੰਡੇ ਆਪਾਂ ਨੂੰ ਲਈ ਜਾਂਦਾ। ਇੱਧਰਲੇ ਪਾਸੇ ਸਾਰੇ ਹੋਮ ਸਟੇ ਅਤੇ ਇਹੋ ਜਿਹਾ ਕੁਛ ਬਣਿਆ ਹੋਇਆ, ਮੈਨੂੰ ਲੱਗਦਾ ਵੀ ਬੱਸੋਂ ਹੈ ਨਹੀਂ, ਘਰ ਨਹੀਂ ਹੈਗੇ। ਇੱਥੇ ਪਹੁੰਚਦੇ ਹਾਂ ਆਪਾਂ ਬਾਜ਼ਾਰ ਵੱਲ। ਅੱਜ ਦਾ ਆਪਣਾ ਸਾਰਾ ਸਫ਼ਰ ਬਹੁਤ ਸ਼ਾਨਦਾਰ ਰਿਹਾ ਅਤੇ ਇੱਥੇ ਲੇਹ ਦੇ ਵਿੱਚ ਆ ਕੇ ਸਾਰੇ ਭਰਾਵਾਂ ਨੂੰ ਮਿਲੇ। ਕੱਲ੍ਹ ਨੂੰ ਆਪਾਂ ਨੁਬਰਾ ਵੈਲੀ ਵੱਲੋਂ ਨਿਕਲਾਂਗੇ। ਕੁਛ ਉੱਧਰਲੇ ਪਾਸੇ ਕੁਛ ਪਿੰਡ ਨੇ ਤੁਰਤਕ ਵੱਲ ਜਿਹੜੇ ਮੈਂ ਨਹੀਂ ਦੇਖੇ, ਤੋਂ ਪਹਿਲਾਂ ਤੁਰਤਕ ਤੋਂ ਜਾਂ ਹੋਰ ਕੁਛ ਪਿੰਡ ਨੇ ਗਾਂਹ ਤੁਰਤਰ ਕੇ ਜਾਇਆ ਜਾਂਦਾ ਉਹਨਾਂ ਪਿੰਡਾਂ ਵੱਲ। ਸੋ ਉਹੋ ਜਿਹੇ ਇਲਾਕੇ ਦੇਖਾਂਗੇ ਅਤੇ ਲੱਦਾਖ ਦੇ ਉਹੀ ਇਲਾਕੇ ਦੇਖਣੇ ਜਿਹੜੇ ਪਹਿਲਾਂ ਨਹੀਂ ਦੇਖੇ ਅਤੇ ਜਿਹੜੇ ਦੂਰ ਦੁਰਾਡੇ ਵਾਲੇ ਆ ਜਿੱਥੇ ਨਹੀਂ ਪਹੁੰਚਿਆ ਜਾਂਦਾ। ਸੋ ਮਿਲਦੇ ਹਾਂ ਆਪਾਂ ਅਗਲੇ ਸਫ਼ਰ 'ਚ ਅਗਲੀ ਵੀਡੀਓ ਦੇ ਨਾਲ। ਜਿਹੜੇ ਵੀਡੀਓ ਨੂੰ ਵੇਖਦੇ ਸਾਰੇ ਭੈਣਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ, ਤੁਹਾਡਾ ਬਹੁਤ ਬਹੁਤ ਧੰਨਵਾਦ, ਪਿਆਰ ਸਤਿਕਾਰ। ਲਾਈਕ ਜ਼ਰੂਰ ਕਰ ਦਿਓ, ਸ਼ੇਅਰ ਕਰ ਦਿਓ ਅਤੇ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ, ਮਨਪ੍ਰੀਤ ਸਿੰਘ।